ਖਰਚਾ ਖੁਚਾ ਚੜ੍ਹਈਆ ਕਰ ਲਵੇ ਫਿਰ ਜੇ ਹੁਣ ਤੋਂ ਕਰਾਂਗੇ ਤਾਂ ਉਹਨਾਂ ਨੇ ਬਰੂ ਸਾਰਾ ਸਾਰਾ ਵਾਲੀ ਕੋ ਕਰਦਾ ਹੋਇਆ ਪਿਆ ਪਤਾ ਜੀਰੇ ਜੱਪੇ ਵੜਦੇ ਹਨ ਤਾਂ ਸਾਰਾ ਇੱਧਰ ਨੂੰ ਹੀ ਆ ਜਾਂਦਾ ਮਾਂ ਪੁੱਤ ਤੂੰ ਸਵੇਰੇ ਸਵੇਰੇ ਸੁੱਖ ਤਾਂ ਹੈਗੀ ਆ तेनूं की पता रात मैनूं उन्हां ने किन्ना कुट्टिया दस इंज की गल हो गई सी मिर्ती मां गल तेनूं फेर दसूं पहला घुट पानी पी लिया चल पानी लैके आउणी आ पुत्त मैं कह जा कोई ना तू चिंता उन्हां ने तां शर्म ला रखी आ जावां लै पुत्त ना उन्हां नूं पुत्त ऐ शर्म नहीं आउंदी वी तिहार दा काम आ वी नूं ती तां घरी सोहणी लगदी हुंदी आ मां उन्हां नूं पता नहीं हैगा वी मैं आपदे पेके बागी उन्हां नूं तां इह आ वी गुरु घर मत्था टेकण गई आ मैं तां हार के अक्की होई तड़के तड़के मत्था टेकण दे बहाने उरे आ गई चल पुत्त तूं चंगा करिया नाले वीरा नहीं दीदा किते ओ तां पुत्त खेत गेड़ा मारन गया जीरी आई पई आ अपनी अच्छा हां ओ लै मां आ ल्यांदी आ राह पाइप लग जूगी ओ च टूटी च हाँ पुत चला लग गई सासरी काल वीरे सासरी काल किमे ठीक है सवेरे सवेरे मेरे मजबूरी च आना पैंदा मेरा चित नहीं करदा हैगा कि मैं बार बार आके तुहानू तंग करा की कहने की गल की हुई है ओही पुत का कुत्त कले ऐसे ना वा वीरे मैं तां इन्नी शर्म आउंदी आ कि लोकां ने कहना अजे साल ब्याह नु नहीं होया ते साल विच दी पंज वारी इन्हां ने कुटती ते जदों कुटदे ने उत्थे वग जांदी है ਉੱਥੋਂ ਫੇਰ ਬਿਸ਼ਰਮ ਵਾਂਗੂ ਆ ਜਾਂਦੀ ਆ ਮੈਂ ਇਹ ਸੋਚਦੀ ਆ ਵੀ ਚੱਲ ਮੇਰਾ ਘਰ ਬਸਿਆ ਰਹੇ ਪਰ ਮੈਨੂੰ ਉਹਨਾਂ ਦੇ ਲੱਛਣ ਵੀਰੇ ਲੱਗਦੇ ਨਹੀਂ ਉਹੀ ਲੜਾਈ ਯਾਰ ਮੈਂ ਕੀ ਕਰਾਂ ਹੁਣ ਜੇ ਬਾਪੂ ਹੁੰਦਾ ਤਾਂ ਕੋਈ ਹੱਲ ਵੀ ਸੀ ਫਿਰ ਪੁੱਤ ਗੱਲ ਤਾਂ ਉਹਨਾਂ ਨਾਲ ਕਰਨੀ ਪਊ ਬਹਿ ਕੇ ਆਪਾਂ ਨੂੰ ਕੋਈ ਉਹ ਯਾਰ ਮਾਂ ਗੱਲ ਤਾਂ ਕਰਨੀ ਪਊਗੀ ਤੂੰ ਨਹੀਂ ਸਮਝਦੀ ਵੀਰੇ ਰੌਲਾ ਪਤਾ ਕਿੱਥੋਂ ਵਧਿਆ ਆ ਮੇਰੇ ਸਹੁਰੇ ਦੇ ਗੁਆਂਢੀਆਂ ਦੇ ਮੁੰਡੇ ਦਾ ਵਿਆਹ ਹੋ ਗਿਆ ਉਹਨਾਂ ਦੇ ਕਿਹੜੇ ਪੇਕੇ ਆ ਗਏ ਕੁੜੀ ਦੇ ਬਹੁਤ ਜ਼ਿਆਦਾ ਤਕੜੇ ਨੇ ਉਹ ਦੋ ਟਰੱਕ ਭਰ ਕੇ ਦਾਜ ਦੇ ਲਏ ਉਦੋਂ ਦੀ ਮੇਰੀ ਸੱਸ ਮੁੜ ਕੇ ਆਉਂਦੀ ਆ ਆਖੇ ਇਹਨਾਂ ਨੇ ਤਾਂ ਇੰਨਾ ਦਾਜ ਦਿੱਤਾ ਕੁੜੀ ਨੂੰ ਇਹਨਾਂ ਨੇ ਤਾਂ ਇਹਨਾਂ ਦਾ ਘਰ ਭਰਤਾ ਤੇਰੇ ਪੇਕਿਆਂ ਨੇ ਆਹ ਨਹੀਂ ਦਿੱਤਾ ਤੇਰੇ ਪੇਕਿਆਂ ਨੇ ਆਹ ਨਹੀਂ ਦਿੱਤਾ ਤੂੰ ਆਹ ਨਹੀਂ ਲੈ ਕੇ ਆਈ ਮੈਨੂੰ ਤਾਂ ਇਹੀ ਨਹੀਂ ਸਮਝ ਆਈ ਵੀਰੇ ਹੁਣ ਤੱਕ ਵੀ ਤੁਸੀਂ ਮੈਨੂੰ ਵੇਚਿਆ ਗਾ ਕਿ ਵਿਆਹ ਹੈਗਾ ਉਹ ਵਿਆਹ ਹੀ ਸੀ ਤੈਨੂੰ ਯਾਰ ਮੇਰੀ ਗੱਲ ਸੁਣ ਹੁਣ ਮੈਂ ਕੁਛ ਨਾ ਕੁਛ ਕਰੂੰਗਾ ਤੂੰ ਐਵੇਂ ਗੱਲ ਨਾ ਵਧਾ ਭੈਣ ਬਣ ਕੇ ਦੱਬ ਘੁੱਟ ਕੇ ਹੋਰ ਕੱਢ ਲੈ ਮਹੀਨਾ ਕੁ ਆਪੇ ਹੀ ਠੀਕ ਹੋ ਜਾਊਗਾ ਨਾ ਯਾਰ ਉਹ ਟਾਈਮ ਨਾਲ ਦੇਖ ਵੀਰੇ ਮੇਰੀ ਇੱਕ ਲਾਸਟ ਵਾਰ ਗੱਲ ਸੁਣ ਲਓ ਜੇ ਤਾਂ ਉਹਨਾਂ ਨਾਲ ਕੋਈ ਨਿਬੇੜਨਾ ਨਿਬੇੜ ਲਓ ਨਹੀਂ ਮੈਂ ਕੋਈ ਇਹੋ ਜਿਹਾ ਕਦਮ ਚੱਕ ਦੇਣਾ ਫਿਰ ਸਾਰਾ ਟੱਬਰ ਨਾ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਵੋਗੇ ਉਹ ਯਾਰ ਤੂੰ ਬਾਹਲੀ ਗਰਮ ਨਾ ਹੋਇਆ ਕਰ ਬਾਪੂ ਮੇਰੀ ਗੱਲ ਸੁਣ ਲੈ ਬਈ ਮੇਰੇ ਤਾਂ ਇਹ ਸਾਰੇ ਹੈ ਵੀ ਬਾਪੂ ਨਹੀਂ ਹੈਗਾ ਦੇਖਣ ਮੈਂ ਤਾਂ ਨਾ ਇਹ ਕਰਦਾ ਵੀ ਤੈਨੂੰ ਤਲਾਕ ਦਵਾ ਲਿਆਉਂਦੇ ਹਾਂ ਉਹਦੇ ਉਹਨਾਂ ਨਾਲ ਨਵੇੜਾ ਆਪਾਂ ਕਰ ਲੈਂਦੇ ਹਾਂ ਉਰੇ ਤੂੰ ਆ ਜੀ ਜਿੱਥੇ ਅਸੀਂ ਮਾਂ ਪੁੱਤ ਖਾਈ ਜਾਂਦੇ ਹਾਂ ਗੱਲ ਸੁਣ ਮੇ ਮੁੰਡਿਆ ਤੈ ਤਾਂ ਕਹਿਤਾ ਵੀ ਤਲਾਕ ਦਵਾ ਦਿੰਨਾ ਕਿਉਂ ਤੇਰੇ ਦਿਮਾਗ ਤੇ ਭਾਂਡਾ ਮੁੱਦਾ ਵੱਜਿਆ ਤੂੰ ਵੀ ਗੱਲ ਸੁਣ ਤੂੰ ਤਾਂ ਉਹਨੂੰ ਕਹੀ ਜਾਂਦੀ ਆ ਵੀ ਮੈਂ ਐਂ ਕਰ ਲੂੰ ਐਂ ਕਰ ਲੂੰ ਕੱਲ ਨੂੰ ਮੈਂ ਉਹ ਵੀ ਵਿਆਹਣਾ ਕੱਲ ਨੂੰ ਮੈਂ ਬਗਾਨੀ ਧੀ ਨੂੰ ਕੀ ਮੂੰਹ ਦਿਖਾਉਂਗੀ ਤੇਰੇ ਤਾਂ ਹਜੇ ਪਹਿਲਾਂ ਵਾਲਾ ਕਰਜ਼ਾ ਨਹੀਂ ਉਹ ਤੋਂ ਲੱਥਿਆ ਹਜੇ ਤੂੰ ਉਹਦੇ ਉਰੇ ਸਿਰ ਤੇ ਚੜ ਕੇ ਬਹਿਣੀ ਆ ਤੂੰ ਆਪਦੇ ਘਰੀ ਜਾ ਤੇਰੇ ਮੂਹਰੇ ਪੁੱਤ ਬੰਨੇ ਹੱਥ ਉੱਥੇ ਬਸ ਤੂੰ ਮੇਰੀ ਧੀ ਓ ਯਾਰ ਮਾਂ ਤੂੰ ਠੰਡੀ ਰਿਹਾ ਕਰ ਇਹਦਾ ਵਿਚਾਰੀ ਪਹਿਲੀ ਦੁਖੀ ਹੈ ਉੱਤੋਂ ਤੂੰ ਬੋਲੀ ਜਾਂਦੀ ਹੈ ਕੋਈ ਨਾ ਬੱਬੂ ਤੂੰ ਟੈਨਸ਼ਨ ਨਾ ਲੈ ਤੂੰ ਰੋਟੀ ਪਾਣੀ ਖਾ ਕੋਈ ਨਹੀਂ ਫਿਰ ਕੋਈ ਨਾ ਕੋਈ ਕੱਢਦੇ ਹਾਂ ਹੱਲ ਮੈਂ ਚਾਹ ਬਣਾ ਬੇ ਮੁੰਡਿਆ ਹਾਂ ਮਾਂ ਤੂੰ ਖੜਾ ਇੱਥੇ ਟੁੱਟ ਜਾ ਜੇ ਤੋ ਜਾਂਦਾ ਨਾ ਤੀਵੀਂ ਜੀ ਦਾ ਪਤਾ ਕਰ ਲੈ ਕਿੱਧਰ ਗਈ ਆ ਉਹ ਤੇ ਇੱਥੇ ਹੋਣੀ ਮਤਾ ਉਹਨੇ ਕਿੱਥੇ ਜਾਣਾ ਮੈਂ ਸਭ ਜਾਣਦੀ ਆ ਮੈਂ ਤਾਂ ਸਾਰਾ ਅੰਦਰ ਭਾਲ ਲਿਆ ਦੱਸ ਕਿਤੇ ਨਹੀਂ ਹੈਗੀ ਉਹ ਐਡਾ ਘਰ ਆ ਕਿਸੇ ਕੋਨੇ 'ਚ ਬੈਠੀ ਹੋਣੀ ਉਹਨੇ ਕਿੱਥੇ ਜਾਣਾ ਕਿਤੇ ਨਹੀਂ ਜਾਂਦੀ ਉਹ ਤੇ ਬਾਕੀ ਉਹ ਕਿਤੇ ਨਹੀਂ ਜਾਂਦੀ ਤੈਨੂੰ ਐਡਾ ਮਾਨ ਆ ਤਾਂ ਤੇਰੀ ਤੀਵੀਂ ਤੇ ਉਹ ਮਾਨ ਤਾਂ ਹੈਗੀ ਆ ਕੱਲ ਤਾਂ 70 ਪਲੇਟ ਕਰੀ ਉਹਦੀ ਤੇ ਕਿੰਨਾ ਮਰਜ਼ੀ ਕਰੀ ਚੱਲ 70 ਪਲੇਟ ਨਾਲੇ ਉਹ ਨਹੀਂ ਸਮਝਦੀ ਕੁਛ ਵੀ ਮੇਰੇ ਹਿਸਾਬ 'ਚ ਤਾਂ ਉਹ ਚੜ ਗਈ ਬਸ ਚੱਕ ਕੇ ਝੋਲਾ ਤੇ ਹੋਰ ਦੱਸ ਮਾਂ ਕੀ ਕਰਾਂ ਬੇ ਵੀਰ ਕਰਨਾ ਕਰਾਉਣਾ ਕੀ ਹੈ ਤੀਜੇ ਦਿਨ ਝੋਲਾ ਚੱਕ ਕੇ ਪੇਕੀ ਵੱਜਦੀ ਆ ਨਾਲੇ ਸਰੀਕੇ ਵਾਲੇ ਆਪਣੇ ਗੱਲਾਂ ਬਣਾਉਂਦੇ ਨੇ ਅਗਲਾ ਕਹਿੰਦਾ ਨਹੀਂ ਨੂੰਹ ਇਹਨਾਂ ਦੇ ਰਹਿੰਦੀ ਨਹੀਂ ਇੱਕ ਉਹਦੀ ਮਾਂ ਹੈ ਪੈਦਲ
ਤੂੰ ਜਦੋਂ ਫੋਨ ਕਰ ਦਿੰਦੀ ਆ ਮਾਂ ਨੇ ਘਰ ਪੱਟਤਾ ਤੇਰਾ ਮਾਂ ਨੇ ਆ ਜਿਹੜਾ ਭਾਈ ਚੌੜਾ ਉਹ ਗੱਲਾਂ ਕਰਦਾ ਸੀ ਕਿ ਨਾ ਮੈਂ ਐਲਡੀ ਲਵਾ ਕੇ ਜਾਊਂਗਾ ਐਡੀ ਵੱਡੀ 40-45 ਇੰਚ ਜਿਹੜੀ ਹੁੰਦੀ ਹੈਗੀ ਜੈ ਕਾਣੀ ਤੇ ਮਾਂ ਕਹਿੰਦੀ ਮੈਂ ਤੱਤੇ ਪਾਣੀ ਵਾਲੀ ਇਹਨੂੰ ਗੀਜ਼ਰ ਲਵਾਉਂ ਬੇ ਨਾ ਤਾਂ ਉਹਨੂੰ ਤਾਂ ਗੀਜ਼ਰ ਲੱਗਿਆ ਨਾ ਉਹਨੂੰ ਤਾਂ ਐਲਸੀਡੀ ਲੱਗੀ ਆ ਕੱਖ ਨੀ ਬੱਕਰਨ ਜੋਗ ਰਹੇ ਉਹ ਹੁਣ ਉਹ ਮੁੜ ਕੇ ਘਰੇ ਨੀ ਆਪਾਂ ਨੇ ਵਾੜਨੀ ਮੈਂ ਮਾਂ ਦੱਸ ਕੀ ਕਰਾਂ ਜਦੋਂ ਤੂੰ ਕਹਿ ਦੇਣੀ ਆ ਵੀ 70 ਪਲੇਟ ਕਰ ਦੇ ਉਹਦੀ 70 ਪਲੇਟ ਕਰ ਦੇਣਾ ਬਿਨਾਂ ਕਸੂਰ ਤੋਂ ਕੁੱਟ ਦੇਣਾ ਬੇ ਕਸੂਰ ਹੁੰਦਾ ਤਾਂ ਕਟਵਾਉਣੀ ਆ ਮੈਂ ਐਵੇਂ ਮੇਰਾ ਕਿਹੜਾ ਦਿਮਾਗ ਖਰਾਬ ਹੈਗਾ ਵੀ ਮੈਂ ਉਹਦੇ 70 ਪਵਾਈ ਜਾਵਾਂ ਤੈਨੂੰ ਉਹਦੇ ਕਸੂਰਾਂ ਦਾ ਪਤਾ ਨੀ ਲੱਗਿਆ ਮੈਂ ਤਾਂ ਹੁਣ ਇਹੀ ਕਰ ਸਕਦਾ ਵੀ ਜਦੋਂ ਆਊਗੀ ਮੋੜ ਦੇਣਾ ਹਾਂ ਨਾਲ ਉਹਦੀ ਮਾਂ ਨੇ ਜਿਹੜੀ ਕਰਮੀ ਸੀ ਨੇ ਮੇਰੇ ਨਾਲ ਗੱਲ ਮੈਂ ਮੰਗੀ ਸੋ ਤਾਂ ਐਲਸੀਡੀ ਕਹਿੰਦੀ ਲਵਾ ਜੂ ਉਹ ਗੱਲ ਮੈਂ ਜ਼ਰੂਰ ਕਰਦੀ ਆ 4 ਬੰਦਿਆਂ ਦੇ ਵਿੱਚ ਕੋਈ ਗੱਲ ਨਹੀਂ ਉਹਦੀ ਰੱਖਾਂਗੇ ਜਦੋਂ ਐਲਸੀਡੀ ਲਵਾ ਦੂਗੀ ਉਹ ਹਾਂ ਠੀਕ ਨਹੀਂ ਲੋੜ ਨਹੀਂ ਹੈਗੀ ਉਹਦੀ ਹਾਂ ਕੋਈ ਲੋੜ ਨਹੀਂ ਰੱਖਾਂਗੇ ਚੱਲ ਠੀਕ ਹੈ ਫਿਰ ਲੈ ਪੁੱਤ ਤੂੰ ਕੋਈ ਨਾ ਚਾਹ ਪੀ ਉਹੀ ਨਹੀਂ ਕਮਲ ਕੁੱਟੀ ਦਾ ਹੁੰਦਾ ਸਿਆਣੀ ਬਣ ਕੇ ਰਹੀਦਾ ਹੁੰਦਾ ਮੇਰੀ ਧੀ ਆਪਦੇ ਘਰੇ ਮਾਂ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਆਪਦੇ ਸਹੁਰੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਾਂ ਪਰ ਮੈਂ ਮਜਬੂਰ ਆ ਮੈਂ ਇੱਕ ਰੋਟੀ ਦੀ ਬੁਰਕੀ ਮੂੰਹ ਚ ਪਾਉਣੀ ਆ ਤਾਂ 4-4 ਗੱਲਾਂ ਸੁਣਾਉਂਦੇ ਨੇ ਮਾੜਾ ਜਿਹਾ ਚਾਹ ਪੀਣ ਬਹਿ ਜਾਂਦੀ ਆ ਤਾਂ 4-4 ਗੱਲਾਂ ਸੁਣਾਉਂਦੇ ਨੇ ਉਹ ਫੇਰ ਕੀ ਹੋ ਗਿਆ ਵੀ ਜੇ ਆਪਾਂ ਘਰੋਂ ਥੋੜੇ ਜਿਹੇ ਗਰੀਬ ਆ ਇੰਨਾ ਦਾਜ ਨਹੀਂ ਦੇ ਸਕੇ ਪਰ ਬੰਦੇ ਨੂੰ ਇੰਨਾ ਮਜਬੂਰ ਤਾਂ ਨਹੀਂ ਕਰੀਦਾ ਦੇਖ ਮੇਰੀ ਤੂੰ ਇੱਕ ਹੀ ਐਵੇਂ ਨੀ ਕਮਲ ਕੁੱਟੀ ਦਿੰਦਾ ਸਿਆਣੀ ਮਾਰ ਮੇਰੀ ਤੀ ਹੈ ਜਦ ਆਪਾਂ ਪੇਕਿਆਂ ਦੇ ਘਰੋਂ ਸਹੁਰਿਆਂ ਦੇ ਘਰੇ ਜਾਂਦੇ ਹਾਂ ਤਾਂ ਕਈ ਸਮਾਂ ਲੱਗ ਜਾਂਦਾ ਹੁੰਦਾ 4 ਭਾਂਡੇ ਹੁੰਦੇ ਨੇ ਪੁੱਤ ਖੜਕਦੇ ਹੁੰਦੇ ਨੇ ਤੇਰੇ ਸਾਹਮਣੇ ਮੈਂ ਕਿੰਨੀਆਂ ਖਈਆਂ ਕੱਟੀਆਂ ਨੇ ਤੇਰੀ ਦਾਦੀ ਨਾਲ ਮੈਂ ਕਿਹੜਾ ਕੱਟੀਆਂ ਨੀ ਤੈਨੂੰ ਵੀ ਪਤਾ ਹੀ ਆ ਪੁੱਤ ਹੁਣ ਐ ਥੋੜੀ ਹੁੰਦਾ ਵੀ ਚੱਕਿਆ ਝੋਲਾ ਪੇਕਿਆਂ ਦੇ ਬਾਰ ਚ ਆਇਓ ਚੱਕਿਆ ਝੋਲਾ ਪੇਕਿਆਂ ਦੇ ਬਾਰ ਚ ਆਇਓ ਤੇਰੇ ਭਾਈ ਤੋਂ ਤਾਂ ਪੁੱਤ ਪਹਿਲਾਂ ਵਾਲਾ ਕਰਜ਼ਾ ਨੀ ਤੇਰਾ ਲਿਆ ਹਜੇ ਤੱਕ ਟੂਮਾ ਟੱਲੇ ਦੇ ਕਿੰਨੇ ਪਾਏ ਨੇ ਤੇਰੇ ਸਾਹਮਣੇ ਤੈਨੂੰ ਮਾਂ ਮੇਰੀ ਗੱਲ ਸੁਣ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਮੈਂ ਉਹਨਾਂ ਦੇ ਛੇਤਰ ਖਾਈ ਜਾਵਾਂ ਉਹਨਾਂ ਦੇ ਮੈਂ ਜ਼ੁਲਮ ਸਹੀ ਚੱਲਾਂ ਮੈਂ ਬੋਲਾਂ ਨਾ ਮੈਂ ਬੋਲ ਕੇ ਨਾ ਦੱਸਾਂ ਆਪਦੇ ਪੇਕਿਆਂ ਨੂੰ ਦੁੱਖ ਵੀ ਮੈਨੂੰ ਕੀ ਦੁੱਖ ਹੈ ਓ ਯਾਰ ਮਾਂ ਅੱਜ ਟੈਂਕੀ ਫੇਰ ਨਹੀਂ ਭਰੀ ਬੇ ਪੁੱਤ ਭਰੀ ਸੀ ਆ ਪੈਪ ਦਾ ਤਾਂ ਹੀ ਮੰਗਾਇਆ ਲੀਕ ਹੋਈ ਪਈ ਉਧਰੋਂ ਭਰੀ ਸੀ ਤੂੰ ਨਾਲੇ ਯਾਰ ਮੇਰੀ ਗੱਲ ਸੁਣ ਬੱਬੂ ਮੈਂ ਤੈਨੂੰ ਐਂ ਥੋੜੀ ਕਹਿਣਾ ਵੀ ਰਿਆ ਕੇ ਦੁੱਖ ਨਾ ਸੁਣਾ ਤੂੰ ਅਸੀਂ ਤੇਰੇ ਨਾਲ ਆ ਗੱਲ ਕਰ ਫਿਰ ਕਰੀਏ ਕੀ ਮੈਂ ਵੀ 6 ਮਹੀਨੇ ਤਾਂ ਹੀ ਚੁੱਪ ਰਹਿ ਗਿਆ ਵੀ ਖਬਰੇ ਸੁਧਰ ਜੇ ਹੁਣ ਜਾ ਕੇ ਪੁੱਛੂਗਾ ਉਹ ਤਾਂ ਨਾ ਕਰਾ ਕੇ ਕੰਗਰਾਲੀ ਜੀ ਦਾੜੀ ਉਹਦੀ ਆ ਜਾਂਦੀ ਤੀ ਆਥਣ ਤੜਕੇ ਮੇਰੇ ਭਾਣਜੇ ਨੂੰ ਰਿਸ਼ਤਾ ਕਰ ਦੋ ਮੇਰੇ ਭਾਣਜੇ ਨੂੰ ਕਰ ਦੋ ਰਿਸ਼ਤਾ ਹੁਣ ਕਦੇ ਫੋਨ ਲਾ ਕੇ ਵੀ ਨਹੀਂ ਪੁੱਛਿਆ ਨਾ ਕਦੇ ਉੱਥੇ ਗਿਆ ਵੀ ਭਾਈ ਕੁੜੀ ਸੁਖੀ ਵੱਸਦੀ ਹੈ ਕਿ ਦੁਖੀ ਤੂੰ ਟੈਨਸ਼ਨ ਨਾ ਲੈ ਤੂੰ ਰੋਟੀ ਖਾ ਮੈਂ ਜਾ ਕੇ ਆਉਣਾ ਉਹਦੇ ਕੋਲੇ ਦੇਖ ਲਾ ਪੁੱਤ ਹੁਣ ਤੇਰਾ ਭਾਈ ਭਖਿਆ ਪਖਾਇਆ ਵੱਗ ਗਿਆ ਸਰਪੰਚ ਕੋਲੇ ਹੁਣ ਕੋਈ ਗੱਲ ਤਾਂ ਵੇਲੇ ਲਾ ਕੇ ਆਊ ਗਈ ਮੇਰੀ ਧੀ ਪੁੱਤ ਘਰੇ ਗੱਲ ਬਿਠਾਉਣ ਦੀ ਨਹੀਂ ਹੈਗੀ ਆਪਣਾ ਤਾਂ ਸਰੀਕਾ ਮਾਣ ਨਹੀਂ ਹੈਗਾ ਅਗਲਾ ਕਹੂ ਬਾਪ ਸਿਰ ਤੇ ਨਹੀਂ ਹੈਗਾ ਧੀ ਮਾਂ ਨੇ ਘਰੇ ਬਿਠਾ ਲਈ ਮਾਂ ਮੈਨੂੰ ਵੀ ਬਥੇਰੀਆਂ ਗੱਲਾਂ ਕਰਨੀਆਂ ਆਉਂਦੀਆਂ ਪਰ ਮੈਂ ਮਜਬੂਰ ਹਾਂ ਕਿੰਨਾ ਕੁ ਟਾਈਮ ਛੇਤਰ ਖਾਈ ਜਾਊਂਗੀ ਇਹਨਾਂ ਦੇ ਮੈਂ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਤੀ ਕੀ ਹਾਲ ਹੈ ਠੀਕ ਹੈ ਚਾਚਾ ਵਧੀਆ ਅੱਜ ਕਿਵੇਂ ਸਾਡੇ ਪਿੰਡ ਦਾ ਰਾਹ ਭੁੱਲ ਗਿਆ ਨਾ ਚਾਚਾ ਬਸ ਆਉਂਦੇ ਤਾਂ ਰੋਜ਼ ਹੀ ਸੀ ਬਸ ਅੱਜ ਕੰਮ ਜਾਈ ਥੋੜਾ ਜਿਹਾ ਤਾਂ ਆ ਗਏ ਅੱਛਾ ਕੀ ਗੱਲ ਹੋ ਗਈ ਖੈਰ ਵੀ ਹੈ ਖੈਰ ਹੀ ਹੈ ਚਾਚਾ ਤੈਨੂੰ ਪਤਾ ਹੀ ਹੈ ਕੀ ਹੋ ਗਿਆ ਹਜਾ ਉਹ ਰਿਸ਼ਤਾ ਕਰਾਇਆ ਸੀ ਨਾ ਆਪਾਂ ਜਿਹੜਾ ਭੈਣ ਦਾ ਹਾਂ ਹਾਂ ਚਾਚਾ ਸਹੁਰੇ ਤੰਗ ਕਰਦੇ ਨੇ ਯਾਰ ਉਹ ਕਦੋਂ ਤੰਗ ਕਰਦੇ ਨੇ ਸੁੱਖ ਨਾਲ ਵਧੀਆ ਕਾਰੋਬਾਰ ਆ ਉਹਨਾਂ ਚੰਗੀ ਜ਼ਮੀਨ ਜਾਇ ਤੇ ਇਹੋ ਜਿਹਾ ਕੀ ਦਿੱਕਤ ਉਹਨਾਂ ਦੀ ਪਤਾ ਨਹੀਂ ਚਾਚਾ ਜਦੋਂ ਵੀ ਲੜਾਈ ਹੁੰਦੀ ਹੈ ਹਾਂ ਕਹਿੰਦੇ ਨੇ ਸਾਨੂੰ ਦਾਜ ਚਾਹੀਦਾ ਦਾਜ ਮੰਗਦੇ ਦਾਜ ਆਈ ਜੇ ਕੋਈ ਗੱਲ ਤਾਂ ਲੱਗਦੀ ਤਾਂ ਨਹੀਂ ਯਾਰ ਕੋਈ ਹੋਰ ਪਤਾ ਕਰ ਗਿਆ ਨਾ ਤਾਂ ਕਿਤੇ ਦਾ ਚਾਚਾ ਮੈਂ ਤਾਂ ਪੁੱਛਿਆ ਦੋ ਵਾਰੀ ਪਹਿਲਾਂ ਵੀ ਮੈਂ ਕਾਈ ਕਲੇਸ਼ ਜਾ ਹੋ ਗਿਆ ਤੇਰੇ ਬਿਨਾਂ ਕਹੇ ਤੈਨੂੰ ਬਿਨਾਂ ਦੱਸੇ ਮੈਂ ਛੱਡਿਆ ਆ ਭੈਣ ਨੂੰ ਅੱਛਾ ਪਰ ਆਪਾਂ ਤਾਂ ਜਦੋਂ ਰਿਸ਼ਤਾ ਕਰਿਆ ਸੀ ਚਾਚਾ ਤੈਨੂੰ ਵੀ ਪਤਾ ਵੀ ਆਪਾਂ ਕਿੰਨੇ ਕੁ ਜੋਗੇ ਆ ਪਿਓ ਮੇਰੇ ਸਿਰ ਤੇ ਨਹੀਂ ਉਹ ਤਾਂ ਮੈਂ ਦੱਸਿਆ ਤੀਗਾ ਵੀ ਭਾਈ ਯਾਰ ਇਹੋ ਜਿਹਾ ਸਰਦਾ ਵਰਦਾ ਉਹਨਾਂ ਕੀ ਕਰਨਗੇ ਬਸ ਫਿਰ ਚਾਚਾ ਹੁਣ ਤਾਂ ਦੇਖੀ ਉਹ ਰੋਜ਼ ਵਾਂਗੂ ਕੁੱਟਦੇ ਨੇ ਕੁੜੀ ਨੂੰ ਤੂੰ ਪਹਿਲਾਂ ਕਦੇ ਗੱਲ ਨਹੀਂ ਕਰੀ ਪਹਿਲਾਂ ਤਾਂ ਚਾਚਾ ਮੈਂ ਤਾਂ ਨਹੀਂ ਗੱਲ ਕਰੀ ਵੀ ਚੱਲ ਤੁਹਾਨੂੰ ਵੀ ਕਾਹਦੇ ਵਾਸਤੇ ਤੰਗ ਕਰਨਾ ਵੀ ਚੱਲ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਪਰ ਹੁਣ ਤਾਂ ਚਾਚਾ ਗੱਲ ਜ਼ਿਆਦਾ ਵੱਧ ਗਈ ਕੋਈ ਨਾ ਸ਼ੇਰਾ ਘਬਰਾ ਨਾ ਜਿਹੜੀ ਕੋਈ ਗੱਲ ਆ ਦਿਲ ਖੋਲ ਕੇ ਮੈਨੂੰ ਦੱਸ ਪਹਿਲਾਂ ਠੰਡਾ ਹੋ ਉਹ ਪਾਣੀ ਲਿਆ ਸ਼ੇਰਾ ਓਏ ਨਾਲੇ ਚਾਚਾ ਤੈਨੂੰ ਤਾਂ ਪਤਾ ਹੀ ਹੈ ਵੀ ਮੇਰੇ ਪਿਓ ਦੇ ਜਾਣ ਤੋਂ ਬਾਅਦ ਜਿਹੜਾ ਕੋਈ ਦੁੱਖ ਸੁੱਖ ਆ ਸੀ ਤਾਂ ਤੇਰੇ ਨਾਲ ਹੀ ਕਰਦੇ ਆ ਕੋਈ ਨਾ ਤੂੰ ਠੰਡਾ ਹੋ ਸਤਿ ਸ਼੍ਰੀ ਅਕਾਲ ਬੋਝ ਹੌਲਾ ਹੋ ਜੂਗਾ ਜਵਾਖੜੀ ਆਪਣੇ ਘਰੇ ਵਗ ਜੂਗੀ ਨਾਲੇ ਤੂੰ ਸਖਾਲਾ ਹੋ ਜਾਏਗਾ ਮੈਨੂੰ ਕੀ ਪਤਾ ਤੀ ਉਹ ਇਹੋ ਜਿਹੇ ਨਿਕਲਣਗੇ ਕੋਈ ਗੱਲ ਨੀ ਜੇ ਕੋਈ ਇਹੋ ਜਿਹੀ ਗੱਲ ਲੱਗਦੀ ਹੈ ਘਬਰਾਹਟ ਨਾ ਕਰ ਮੈਂ ਤੇਰੇ ਨਾਲ ਆ ਮੇਰੇ ਪਿਓ ਦੀ ਲਿਹਾਜ਼ ਕਰਕੇ ਅੱਛਾ ਸਾਡਾ ਤੇਰੇ ਨਾਲ ਪਿਆਰ ਹੈ ਹੁਣ ਤੈਨੂੰ ਕੀ ਦੱਸਿਓ ਕੀ ਕੀ ਕਹਿੰਦੇ ਨੇ
ਉਹਦਾ ਕਹਿੰਦੇ ਕਦੇ ਕਹਿੰਦੇ ਨੇ ਸਾਨੂੰ ਗੀਜ਼ਰ ਲਵਾ ਕੇ ਦਿਓ, ਕਦੇ ਕਹਿੰਦੇ ਨੇ ਸਾਨੂੰ LCD ਲਵਾ ਕੇ ਦਿਓ, ਆ ਹੁਣ ਪਿੱਛੇ ਇਹ ਕਹਿੰਦੇ ਸੀ ਕਹਿੰਦੇ ਬੁਲਟ ਲੈਣਾ ਪੁੱਠੇ ਗੇਰਾਂ ਵਾਲਾ। ਹੁਣ ਚਾਚਾ ਤੂੰ ਹੀ ਮੈਨੂੰ ਦੱਸ, ਮੈਂ ਤਾਂ ਭਲਾ ਲੋਕਾਂ ਦੀਆਂ ਕਣਕਾਂ ਕਿਰਾਏ ਤੇ ਬੀਜਦਾ, ਮੈਂ ਕਿੱਥੋਂ ਚਾਚਾ ਲੈ ਦੂੰਗਾ ਬੁਲਟ? ਜੇ ਤੇਥੋਂ ਕੁਛ ਮੰਗਦੇ ਨੇ ਕਰਦੇ ਨੇ, ਚੁੱਕੀ ਨਹੀਂ ਦੇਣੀ ਹੈਗੀ। ਜੇ ਕੁਛ ਦੇਣਾ ਪਊਗਾ ਮੈਂ ਆਪਦੀ ਜੇਬ 'ਚ ਦੇਊਂਗਾ, ਪਰਵਾਹ ਨਾ ਕਰੀ, ਜਮੀ ਚਿੰਤਾ ਤੋਂ ਮੁਕਤ ਹੋ ਜਾ। ਹੋਰ ਹੁਣ ਚਾਚਾ ਗੱਲ ਤਾਂ ਐਂ ਮੁੱਕਦੀ, ਗੱਲ ਤਾਂ ਮੈਂ ਤੇਰੇ ਨਾਲ ਕੋਲੇ ਤਾਂ ਆਇਆ ਸੀ ਵੀ ਆਪਾਂ ਇਹਦਾ ਹੁਣ ਹੱਲ ਕੀ ਕੱਢੀਏ। ਚੱਲ ਤੂੰ ਸ਼ੇਰਾ ਇੱਕ ਵਾਰੀ ਆ ਕੇ ਤੂੰ ਕੁੜੀਆਂ ਨੂੰ ਛੱਡਿਆ, ਜੇ ਤੈਨੂੰ ਫੇਰ ਵੀ ਕੋਈ 3-5 ਕਰਦੇ ਨੇਗੇ ਤਾਂ ਮੈਂ ਜਾਣਾ, ਮੇਰਾ ਕੰਮ ਜਾਣੇ। ਅੱਜ ਮੈਨੂੰ ਹੈਗਾ ਕੰਮ, ਅੱਜ ਇਕੱਠੀਆਂ ਰੱਖਿਆ ਇੱਕ 7 'ਚ ਉੱਥੇ ਜਾਣਾ, ਮੈਂ ਉੱਥੇ ਮੈਂ ਟਾਈਮ ਦੇ ਰੱਖਿਆ 4-5 ਨੂੰ, ਫਿਰ ਮੈਨੂੰ ਔਖਾ ਹੋ ਜਾਊਗਾ ਨਾ ਜਾਏਗਾ। ਠੀਕ ਹੈ ਠੀਕ ਹੈ, ਤੂੰ ਅੱਜ ਯਾਰ ਜੇ ਤੈਨੂੰ ਅੱਗੇ ਤੋਂ ਕੁਛ ਬੋਲਣ ਗਏ ਉੱਥੇ ਜਾ ਕੇ ਕੋਈ ਦਿੱਕਤ ਆਊਗੀ ਮੈਨੂੰ ਫੋਨ ਕਰ ਦੇ। ਚੱਲ ਠੀਕ ਹੈ ਚਾਚਾ, ਫਿਰ ਕੋਈ ਨਾ ਸ਼ੇਰਾ, ਜੇ ਕੋਈ ਗੱਲ ਹੋਈ ਮੈਂ ਤੈਨੂੰ ਦੱਸੂ। ਹੈ ਕੋਈ ਗੱਲ ਨਹੀਂ, ਜ਼ਰੂਰ ਜ਼ਰੂਰ, ਇੱਧਰ ਨਾ ਕਰੀ। ਓਏ ਆ ਜਾ ਕੋਈ ਨਾ, ਅੱਜ ਤਾਂ ਗੱਲ ਕਰਕੇ ਹੀ ਜਾਊਂਗਾ ਇਹਨਾਂ ਨਾਲ। ਵੀਰੇ ਆ ਤਾਂ ਤੂੰ ਗਿਆ ਮੇਰੇ ਨਾਲ, ਪਰ ਮੈਨੂੰ ਤਾਂ ਨਾ ਐਂ ਡਰ ਲੱਗਦਾ ਕਿਤੇ ਹੋਰ ਹੀ ਨਾ ਉਹਨਾਂ ਨਾਲ ਪੇਚਾ ਫਸਾ ਕੇ ਬਹਿ ਜੀ ਕੋਈ, ਪਤਾ ਕਿੱਡੇ ਚੰਦਰੇ ਨੇਗੇ, ਮਾਰਨ ਲੱਗੇ ਜਮਾਂ ਨਹੀਂ ਦੇਖਦੇ। ਤੇਰਾ ਵੀਰ ਕਿਹੜਾ ਚੰਦਰਾ ਨਹੀਂ, ਨਾਲੇ ਰੋਜ਼ ਰੋਜ਼ ਦਾ ਕੁੱਤਖਾਨਾ ਮੈਥੋਂ ਨਹੀਂ ਦੇਖਿਆ ਜਾਂਦਾ, ਤੂੰ ਜਮਾਂ ਨਾ ਡਰ, ਆ ਜਾ। ਪਰ ਵੀਰੇ ਇੱਕ ਗੱਲ ਮੈਂ ਤੈਨੂੰ ਪੁੱਛਾਂ, ਇਹ ਲੋਕਾਂ ਨੂੰ ਆਏ ਕਿਉਂ ਨਹੀਂ ਸ਼ਰਮ ਆਉਂਦੀ ਵੀ ਮਾਲਕ ਨੇ ਸਾਡੇ ਘਰ ਦੇ ਵਿੱਚ ਸਾਰਾ ਕੁਛ ਦਿੱਤਾ ਹੋਇਆ ਤੇ ਸਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਫਿਰ ਵੀ ਤੁਸੀਂ ਇੱਕ ਬੰਦੇ ਨੂੰ ਸਤਾਉਂਦੇ ਹੋ। ਉਹ ਯਾਰ ਕਈ ਲੋਕਾਂ ਦੀ ਨਾ ਬੱਬੂ ਸੋਚ ਹੀ ਨਿੱਕੀ ਹੁੰਦੀ ਹੈ। ਆਇਆ ਚੱਲ ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ ਗੱਲਾਂ। ਇੱਕ ਤਾਂ ਨਾ ਆਏ ਹਾਏ ਮਾੜਾ ਜਿਹਾ ਦਮ ਲੈ ਲਾ, ਆਏ ਹਾਏ ਟੂਹੀ ਟੁੱਟ ਗਈ ਵੀ ਮੇਰੀ ਤਾਂ, ਆ ਪੋਚੇ ਲਾਉਂਦੀ ਦੀ ਕੀ ਹੋ ਗਿਆ ਮਾਂ, ਮੈਂ ਟੂਹੀ ਦੁਖਣ ਜਾਂਦੀ ਹੈ ਮੇਰੀ ਤਾਂ, ਆ ਪੋਚਾ ਮੰਦਰੋਂ ਮਸਾ ਕੱਢ ਕੇ ਲੈ ਕੇ ਆਈ ਹਾਂ, ਹੋਰ ਮਾਂ ਨੂੰ ਕੀ ਹੋਣਾਗਾ। ਮੈਂ ਤੈਨੂੰ ਕਿਹਾ ਤਾਂ ਹੈਗਾ ਦੀ ਵੀ ਕੰਮ ਵਾਲੀ ਲਾ ਲਾ। ਕੰਮ ਵਾਲੀ ਲਾ ਲੈ ਨਾ, ਉਹਦਾ ਕੋਈ ਮੂੰਹ ਦੇਖਣਾ ਹੈ, ਉਹਦੀ ਕਿ ਆਪਣੇ ਆਰਤੀ ਤਾਰਨੀ ਹੈ, ਉਹ ਕੰਮ ਵਾਸਤੇ ਵੀ ਆ ਕੇ ਲਿਆਂਦੀ ਹੈਗੀ। ਜਿੱਦੇ ਵਗ ਜਾਂਦੀ ਉਹਦੇ ਤਾਂ ਕਰ ਜਾਂਦੀ ਉਹ ਕੰਮ। ਮੇਰੀ ਗੱਲ ਸੁਣ ਲੈ, ਨਾਲੇ ਕੰਮ ਵਾਲੀਆਂ ਕਿਹੜਾ ਰੱਖਣੀਆਂ ਭਾਈ ਸੌਖੀਆਂ ਨੇ, ਜ਼ਰੂਰੀ ਹੈ 2 ਰੁਪਏ ਆਪਦੀ ਬੱਚਤ ਹੋ ਜਾਂਦੀ ਹੈ ਘਰੇ, ਐਂ ਦੱਸ। ਚਲੋ ਉਹ ਤਾਂ ਠੀਕ ਆ ਮਾਂ, ਇੱਕ ਵਾਰ ਫੇਰ ਸੋਚ ਲਾ ਪਲੀਜ਼, ਕੁਛ ਬੋਲੀ ਨਾ ਚੰਗਾ। ਓ ਯਾਰ ਮੈਂ ਕੁਛ ਨਹੀਂ ਬੋਲਦਾ, ਤੂੰ ਡਰ ਨਾ, ਕੋਈ ਨਾ ਅੱਜ ਤਾਂ ਗੱਲ ਕਰਕੇ ਜਾਊਂਗਾ। ਲੈ ਆ ਗਈ ਮਾਂ, ਬੋਲੀ ਨਾ, ਉਹਦਾ ਭਰਾ ਨਾਲ ਆ ਦੇਖ ਲਾ। ਲੈ ਅੱਜ ਤਾਂ ਨਵਾਂ ਹੀ ਦਿਨ ਚੜਿਆ, ਮੇਰਾ ਕਨਵੇਟਾ ਆ ਗਿਆ। ਹੋਰ ਠੀਕ ਹੈ ਪੁੱਤਾਂ? ਠੀਕ ਹੈ ਮੁੰਸ਼ੀ। ਹਾਂ ਹੋਰ ਤੇਰੀ ਮੰਮੀ ਠੀਕ ਆ? ਆ ਜਾ ਬਈ। ਲੈ ਨਹੀਂ ਮੈਂ ਸਦਕੇ ਮੇਰੀ ਧੀ ਰਾਣੀ ਆ ਗਈ, ਪੁੱਤ ਤੇਰੇ ਬਿਨਾਂ ਤਾਂ ਜਮੀ ਮੈਨੂੰ ਜੀ ਨਹੀਂ ਲੱਗਿਆ ਕਰੇ, ਘਰ ਸੁਣਨਾ ਹੀ ਹੋ ਗਿਆ, ਬਹਿ ਜਾ ਪੁੱਤ, ਆ ਜਾ ਉਰੇ ਆ ਜਾ। ਹੋਰ ਕੰਮ ਕਰ ਕਿਵੇਂ ਚੱਲ ਰਿਹਾ? ਠੀਕ ਹੈ ਬਾਈ, ਕੰਮ ਕਰਦਾ ਵਧੀਆ ਵਧੀਆ। ਬਹਿ ਜਾ ਮਾਸੀ, ਬਹਿ ਗਿਆ ਪੁੱਤ। ਹੋਰ ਤਾਂ ਮਾਸੀ ਸਾਰੇ ਠੀਕ ਨੇ, ਬਸ ਆ ਘਰ ਹੀ ਨਹੀਂ ਠੀਕ ਲੱਗਦਾ ਕੁਛ। ਨਾ ਪੁੱਤ ਇਹੀ ਤਾਂ ਸਾਡੇ ਘਰ ਦੇ ਵਿੱਚ ਕੋਈ ਗੱਲ ਵੀ ਨਹੀਂ, ਨਾਲੇ ਮੇਰਾ ਤਾਂ ਮੇਰੀ ਨੂੰ ਵੀ ਨਾ ਘੰਟਾ ਜੀ ਨਹੀਂ ਲੱਗਦਾ। ਨਾਲੇ ਮਾਸੀ ਜੀ ਦਾ ਤਾਂ ਮੈਨੂੰ ਪਤਾ ਨਹੀਂ, ਜੇ ਇਹਦਾ ਜੀ ਉਰੇ ਲੱਗਦਾ ਹੋਵੇ ਤੀਜੇ ਦਿਨ ਕਾਹਤੋਂ ਜਾਵੇ ਪਿੰਡ। ਮੇਰੀ ਮਾਂ ਨੂੰ ਤਾਂ ਬੋਲਣ ਲੱਗ ਰਿਹਾ, ਆਪਦੀ ਭੈਣ ਨੂੰ ਬੋਲ ਜਿਹੜੀ ਬਿਨਾਂ ਦੱਸੇ ਗਈ ਆ, ਮੈਂ ਨਾ ਛੱਡਿਆ ਹੁੰਦਾ, ਮੈਨੂੰ ਕਹਿੰਦਾ ਨਹੀਂ ਇਹ ਬਾਈ ਬਿਨਾਂ ਦੱਸੇ ਤਾਂ ਛੱਡਿਆ ਹੁੰਦਾ। ਤੂੰ ਮੈਨੂੰ ਐਂ ਦੱਸ ਜਿਹੜਾ ਰਾਤ ਕਲੇਸ਼ ਹੋਇਆ, ਨਾਲੇ ਉਹਦੀ ਟੂਹੀ ਤੇ ਨਿਸ਼ਾਨ ਦੇਖ ਲੈ, ਉਹ ਆਈ ਤਾਂ ਨਹੀਂ ਆ ਗਏ ਹੁਣੇ, ਆਏ ਤਾਂ ਮਾਸੀ ਕਿਸੇ ਗੱਲ ਕਰਕੇ ਹੋਣੇ। ਬੇ ਪੁੱਤ ਕਾਹਨੂੰ ਗੁੱਸੇ ਹੁੰਦਾਗਾ, ਜੇ ਦੱਸ ਕੇ ਜਾਂਦੀ ਮੇਰਾ ਪੁੱਤ ਗੱਡੀ 'ਚ ਛੱਡ ਕੇ ਆਉਂਦਾ, ਇਹਨੂੰ ਮਾਨ ਆਦਰ ਨਾਲ ਛੱਡ ਕੇ ਆਉਂਦਾ, ਜੇ ਹੀ ਰਹੀ ਕੁੱਟ ਕਟਾਪੇ ਦੀ ਗੱਲ, ਅਸੀਂ ਤਾਂ ਕੋਈ ਗੱਲ ਹੀ ਨਹੀਂ ਹੋਈ ਸਾਡੇ ਘਰ ਦੇ ਵਿੱਚ। ਫਿਰ ਗੱਲ ਕਿਉਂ ਨਹੀਂ ਹੋਈ ਮਾਸੀ? 2 ਵਾਰੀ ਪਹਿਲਾਂ ਇਹ ਗੱਲਾਂ ਹੋ ਗਈਆਂ, ਮੈਂ ਤਾਂ ਤੋੜ ਦਿੰਦਾ ਸੀ ਕੱਲੀ ਨੂੰ ਵੀ ਚੱਲ ਕੋਈ ਨਾ, ਹੁਣ ਤਾਂ ਮਾਸੀ ਦੇਖ ਸਿਰ ਦੇ ਉੱਤੋਂ ਦੀ ਪਾਣੀ ਟੱਪਣ ਵਾਲੀ ਗੱਲ ਹੋ ਗਈ ਇਹ। ਬੇ ਪੁੱਤ ਐਵੇਂ ਨਹੀਂ ਗੁੱਸੇ ਹੋਈਦਾ ਹੁੰਦਾ, ਨਾਲੇ ਮੇਰੀ ਤਾਂ ਇਹ ਧੀ ਹੈ ਧੀ, ਮੈਂ ਤੈਨੂੰ ਧੀਆਂ ਵਾਂਗੂ ਰੱਖਦੀ ਹਾਂ, ਮੇਰਾ ਤਾਂ ਪੁੱਤ ਉਈ ਬਲੱਡ ਜਾ ਵੱਧ ਜਾਂਦਾ। ਨਾਲੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਇੱਕ ਹੱਥ ਨਾਲ ਤਾੜੀ ਵੱਜਦੀ ਨਹੀਂ, ਚੱਲ ਮੰਨਦੇ ਹਾਂ ਕਸੂਰ ਉਹਦੇ 'ਚ ਵੀ ਹੋਊ, ਜੇ ਕੋਈ ਕਸੂਰ ਸੀ ਤੂੰ ਮੈਨੂੰ ਤਾਂ ਫੋਨ ਕਰਦਾ, ਘਰੇ ਤਾਂ ਫੋਨ ਕਰਦਾ ਵੀ ਤੁਹਾਡੀ ਕੁੜੀ 'ਚ ਆਹ ਕਸੂਰ ਹੈ। ਯਾਰ ਤੁਸੀਂ ਤਾਂ ਕੁੱਟਣੀ ਲੱਗ ਗਏ ਉਹਨੂੰ, ਨਾਲੇ ਜੇ ਮੇਰੇ ਪਿਓ ਨਹੀਂ ਨਾ ਤਾਂ ਬਾਈ ਬਣ ਕੇ ਤੁਸੀਂ ਐਂ ਆਹ ਹਰਕਤਾਂ ਨਾ ਕਰੋ, ਤੂੰ ਤਾਂ ਕਿੱਥੇ ਮੇਰਾ ਸਹਾਰਾ ਬਣਨਾ ਸੀ ਵੀ ਉਹਦੇ ਪਿਓ ਨਹੀਂ। ਨਾਲੇ ਮਾਸੀ ਜੇ ਤੂੰ ਇਹਨੂੰ ਧੀ ਬਣਾਇਆ ਹੁੰਦਾ ਨਾ ਇਹ ਗੱਲਾਂ ਨਹੀਂ ਹੋਣੀਆਂ ਸੀ। ਮੇਰੀ ਇਹ ਧੀ ਹੈ ਪੁੱਤ ਧੀ, ਇਹ ਵਿਆਹ ਕੇ ਲੈਂਦੀ ਇਸ ਘਰੇ, ਐ ਦੱਸ। ਬੋਲੋ ਬੱਬੂ ਕੀ ਗੱਲਾਂ ਨੇ, ਤੂੰ ਵੀ ਕਹਿ ਜੇ ਕੁਛ, ਜੇ ਕੁਛ ਕਹਿਣਾ ਦੱਸ। ਇਹਨੂੰ ਐ ਪੁੱਛ ਲੈ, ਇਹਦੇ ਨਾਲ ਮੈਂ ਖਾਣ ਪੀਣ ਦੀ ਦਰਿਆਤ ਪੁੱਤ ਇਹਦੇ ਨਾਲ ਨਾ ਰੱਖਦੀ, ਕੱਪੜ ਲੀੜੇ ਤਾਂ ਮੈਂ ਇਹਨੂੰ ਕਹਿੰਦੀ ਆ ਵੀ ਵਧੀਆ ਤੋਂ ਵਧੀਆ ਪਾ, ਸਭ ਸੁੱਖਾਂ ਨੀ ਮੇਰੇ ਇੱਕ ਨੂੰ, ਐ ਦੱਸ। ਵੀਰੇ ਮੈਨੂੰ ਇਹ ਸਮਝ ਨਹੀਂ ਆਉਂਦੀ
ਜੇ ਲੋਕਾਂ ਦੇ ਟਰੱਕ ਭਰ ਕੇ ਦਾਜ ਆਉਂਦੇ ਨੇ ਤੇ ਇਹਦਾ ਮਤਲਬ ਇਹ ਥੋੜੀ ਹੈ ਵੀ ਮੇਰੇ ਗੱਲ 'ਚ ਅੰਗੂਠਾ ਦੇ ਹੀ ਰੱਖੋ। ਇੱਥੋਂ ਕਿਹਨੇ ਦਾਜ ਮੰਗ ਲਿਆ? ਤੂੰ ਇਹ ਤਾਂ ਸਾਬਤ ਕਰ ਇੱਥੋਂ ਤਾਂ ਦਾਜ ਮੰਗਿਆ ਕਿਹਨੇ ਆ? ਮੈਂ ਤਾਂ ਪਾਗਲ ਹਾਂ। ਚੁੱਪ ਕਰ ਜਾ। ਕਹਿੰਦੇ ਦਾਤੀ ਦੇ ਇੱਕ ਪਾਸੇ ਦਿੰਦੇ ਇਹਨਾਂ ਲੋਕਾਂ ਦੇ ਪਾਸੇ ਦਿੰਦੇ ਨੇ। ਚੁੱਪ ਹੀ ਭਲੀ ਆ। ਚੱਲ ਕੋਈ ਨਾ ਬੱਬੂ, ਦੇਖ ਬਾਈ ਮੇਰੀ ਗੱਲ ਸੁਣ ਲਓ, ਮਾਸੀ ਤੂੰ ਵੀ ਸੁਣ ਲੈ, ਬਾਈ ਵੀ ਸੁਣ ਲੈ। ਮੈਂ ਰੋਜ਼ ਰੋਜ਼ ਨਹੀਂ ਆ ਸਕਦਾ, ਹੱਥ ਬੰਨ ਕੇ ਤੁਹਾਡੇ ਮੂਹਰੇ ਬੇਨਤੀ ਹੈ। ਬੇ ਪੁੱਤ, ਦਿਨਾਂ ਆ ਰਾਤ ਆ, ਤੇਰੀ ਭੈਣ ਦਾ ਘਰ ਹੈ, ਐਂ ਦੱਸ ਆ ਤੂੰ ਤਾਂ ਹੋਈ ਨਹੀਂ ਕਿਹੜਾ ਕਦੇ ਮਾਰਿਆ, ਤੈਨੂੰ ਮਨਾ ਕੀਤਾ ਕਿਸੇ ਨੇ ਵੀ ਘਰੇ ਆਉਣ ਤੇ? ਕਦੋਂ ਮਰਜ਼ੀ ਆਓ ਭਾਈ, ਬਸ ਬਾਈ ਬਣ ਕੇ ਹੋਣਾ, ਕਲੇਸ਼ ਨਾ ਹੋਵੇ। ਮੈਂ ਤਾਂ ਇਸੇ ਨੂੰ ਕਹਿ ਜਾ ਵੀ ਜ਼ਬਾਨ ਬੰਦ ਰੱਖੇ, ਕਲੇਸ਼ ਕਾਹਨੂੰ ਹੋਊਗਾ। ਅਸੀਂ ਤਾਂ ਪੁੱਤ ਤੁਹਾਡੇ ਕੋਲੇ ਕੋਈ ਗੱਲ ਵੀ ਨਹੀਂ ਕਰੀ, ਹੈ ਵੀ ਇਹ ਕੁੜੀ ਦਾ ਭੜਕਣਾ ਸੁਭਾਅ ਜ਼ਿਆਦੇ ਆ, ਅਸੀਂ ਤਾਂ ਉਹ ਵੀ ਆਪਣੇ ਅੰਦਰ ਬਰਦਾਸ਼ਤ ਕਰ ਲਈਆਂ। ਕਿਉਂ? ਮੈਨੂੰ ਤਾਂ ਸਰੀਕੇ ਤੋਂ ਡਰ ਲੱਗਦਾ ਵੀ ਮੇਰੇ ਸਰੀਕੇ 'ਚ ਕੋਈ ਗੱਲ ਨਾ ਲੱਗ ਜੇ, ਅਸੀਂ ਆਪਦੇ ਅੰਦਰ ਗੱਲ ਸੰਭਾਲ ਲੈਣੇ ਪੁੱਤ, ਇਹੀ ਜੀ ਕਿਹੜੀ ਗੱਲ ਹੈਗੀ। ਚੱਲ ਕੋਈ ਨਾ ਮਾਸੀ, ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ, ਇਦੂ ਬਾਅਦ ਕੋਈ ਗੱਲ ਨਾ ਹੋਵੇ। ਨਾਲੇ ਬੱਬੂ ਜੇ ਕੋਈ ਗੱਲ ਹੁੰਦੀ ਹੈ ਭੈਣੇ, ਤੂੰ ਵੀ ਮਾੜਾ ਮੋਟਾ ਚੁੱਪ ਕਰ ਜਿਆ ਕਰ। ਕੋਈ ਨੀ ਮੇਰੀ ਭੈਣ ਹੈ। ਨਾਲੇ ਬਾਈ ਮੈਂ ਤਾਂ ਦੋਨਾਂ ਨੂੰ ਹੀ ਕਹਿਣਾ ਵੀ ਦੋਨੇ ਹੀ ਚੁੱਪ ਰਿਹਾ ਕਰੋ, ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ। ਚੱਲ ਚੰਗਾ ਬੱਬੂ ਹੈ, ਮੈਂ ਚੱਲਦਾ। ਬੇ ਨਾ ਪੁੱਤ, ਚਾਹ ਦੀ ਘੁੱਟ ਪੀ ਕੇ ਜਾਈ, ਜਾ ਧੀਏ ਤੇਰੇ ਭਾਈ ਨੂੰ ਦੁੱਧ ਚ ਪੱਤੀ ਪਾ ਦੇ, ਮਸਾ ਮਸਾ ਵਿਚਾਰਾ ਆਇਆ। ਉਹ ਨਾ ਨਾ ਬੱਬੂ, ਨਾ ਨਾ ਮਾਸੀ, ਮੈਂ ਪਿੰਡ ਚ ਕਣਕ ਬੀਜ ਕੇ ਆਉਣੀ ਹੈ, ਮੈਂ ਤਾਂ ਉਹਨਾਂ ਦੀ ਕਣਕ ਵਿਚਾਲੇ ਛੱਡ ਕੇ ਆਇਆ ਸੀ, ਮੈਂ ਫੇਰ ਮਾਰੂੰਗਾ ਗੇੜਾ। ਉਹ ਰਹਿੰਦਾ ਅੱਜ ਤੋਂ? ਉਹ ਨਾ ਬਾਈ, ਬਸ ਫੇਰ ਆਊਂਗਾ। ਚੰਗਾ ਹੈ, ਚੱਲ ਕੋਈ ਗੱਲ ਨਹੀਂ। ਚੰਗਾ ਬਾਈ, ਠੀਕ ਹੈ ਪੁੱਤ, ਚੰਗਾ ਗੇੜਾ ਮਾਰਦਾ ਰਿਹਾ ਕਰ। ਹਾਂ ਚੰਗਾ ਬੱਬੂ ਹੈ। ਨਾ ਮੇਰੀ ਗੱਲ ਸੁਣ ਲੈ, ਆਪਦੇ ਭਾਈ ਨੂੰ ਲੈ ਕੇ ਸੀ ਚੌੜੀ ਹੋ ਕੇ, ਨਾ ਵੀ ਪਤਾ ਨਹੀਂ ਇੱਥੇ ਤੁੱਪ ਚਲਾ ਜਾਊਗਾ, ਨਾ ਹੁਣ ਤੇਰਾ ਭਾਈ ਸਾਡਾ ਕੀ ਵਿਗਾੜ ਗਿਆ। ਐਡੀ ਮੈਂ ਕਮਲੀ ਨਹੀਂ ਹੈਗੀ ਵੀ ਤੇਰੇ ਭਾਈ ਹੁੰਦੇ ਮੈਂ ਤੈਨੂੰ ਪੁੱਠਾ ਸਿੱਧਾ ਬੋਲੂੰਗੀ। ਤੈਨੂੰ ਤਾਂ ਐ ਲੱਗਦਾ ਸੀ ਵੀ ਝੋਲਾ ਚੱਕ ਕੇ ਮੈਂ ਪੇਕੇ ਵਗੀ ਵੀ ਮੈਨੂੰ ਗੱਡੀ 'ਚ ਲੈਣ ਆਊਗਾ, ਨਾਲੇ ਮੇਰੇ ਭਾਈ ਦੀਆਂ ਮਿੰਨਤਾਂ ਕਰੂਗਾ, ਮੇਰੀ ਮਾਂ ਦੀਆਂ ਮਿੰਨਤਾਂ ਕਰੂਗਾ। ਮੈਂ ਉਹ ਵੀ ਜੱਗਾ, ਮੈਂ ਨਹੀਂ ਮਿੰਨਤਾਂ ਕਰਦਾ, ਜਦੋਂ ਮਰਜ਼ੀ ਜਾਣਾ ਉਹਦੀ ਵਗ ਜੀ। ਸਾਡਾ ਮਿੰਨਤਾਂ ਕਰੇ ਖੌਂਸੜਾ, ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਆ ਜਿਹੜਾ ਤਾਂ ਸਮਾਨ ਲੈ ਕੇ ਆਉਣਾ ਨਾ, ਜੇ ਕਿਤੇ ਸਾਡਾ ਨਾਂ ਬਦਨਾਮ ਕੀਤਾ ਵੀ ਮੇਰੇ ਸਹੁਰੇ ਨੇ ਸਮਾਨ ਮੰਗਾਇਆ, ਫਿਰ ਉਹ ਦੇਖ ਲਈ ਤੇਰੇ ਨਾਲ ਕੀ ਬਣੂ। ਗੁੱਤ ਨੂੰ ਗੇੜਾ ਦੇ ਕੇ ਨਾ ਹੱਥ ਚ ਫੜਾ ਦੂੰਗੀ। ਨਾਲੇ ਜਿਹੜਾ ਸਮਾਨ ਲਿਆਉਣਾ ਨਾ ਆਪਦੇ ਨਾਂ ਤੇ ਲਈ, ਹਾਂ ਮੇਰਾ ਜੀ ਨਹੀਂ ਲੱਗਦਾ ਹੈਗਾ, ਐਲਸੀਡੀ ਚਾਂ ਚਾਹੀਦੀ ਆ, ਨਾਲੇ ਨਹਾਉਣਾ ਮੈਂ ਗਰਮ ਪਾਣੀ ਨਾਲ, ਮੈਨੂੰ ਗੀਜ਼ਰ ਤਾਂ ਚਾਹੀਦਾ। ਹਾਂ ਸਾਡਾ ਨਾਂ ਲੈਣੇ ਮਾਰ ਕੇ ਚਪੇੜਾ ਨਾ ਕੰਨ ਵਾਲਾ ਕਰ ਦੂੰ। ਨਾਲੇ ਜਿਹੜਾ ਇਹ ਤੇਰਾ ਭਾਈ ਨਾ ਫੁਕਰੀਆਂ ਮਾਰਦਾ ਸੀ, ਇਹਨੂੰ ਕਹਿ ਦੀ ਆਪਦੇ ਜਿਹੜੇ 4 ਰੁਪਏ ਹੁਣ ਕਣਕ ਬੀਜਣ ਦੇ ਬੰਨ ਗਏ ਨਾ, ਮੈਨੂੰ ਵੋਟ ਲੈ ਕੇ ਦੇ ਦੇ, ਉਹ ਵੀ ਪੁੱਠੇ ਗਿਰਨ ਵਾਲਾ। ਹਾਂ ਪੁੱਠੇ ਦਿਮਾਗ ਦਾ ਬੰਦਾ ਮੈਂ। ਜੇ ਸਾਡਾ ਨਾਂ ਸ਼ੋਅ ਕੀਤਾ ਫਿਰ ਤੂੰ ਖਬਰਦਾਰ, ਠੀਕ ਹੈ ਨਾ, ਉਹ ਬਣੂ ਤੇਰੇ ਨਾਲ ਜਿਹੜੀ ਨਾ ਬਣਨੀ ਹੋਵੇ। ਚੱਲ ਠੀਕ ਹੈ ਬੇਬੇ, ਕਿਰਾਏ ਤੋਂ ਕੰਮ ਆ। ਕੋਈ ਨਾ ਕੋਈ ਨਾ, ਜਾ ਵਗ ਜਾ ਭਾਂਡੇ ਦਾ ਸਿੰਖ ਭਰਾ ਪੇ ਮਾਂ ਦੇ ਜਾ ਕੇ, ਮੇਰੇ ਮੂੰਹ ਵੱਲ ਕੀ ਝਾਕਦੀ ਆ ਖੜੀ। ਹਾਂ ਆਈ ਹੈ ਵੱਡੀ ਪੇਕਿਆਂ ਵਾਲੀ, ਜਿੰਨਾ ਮਰਜ਼ੀ ਝਾੜ ਚੜ੍ਹਈਆ ਕਰ ਦੋ, ਸਾਰੇ ਫੇਰ ਮਿੱਟੀ ਪੈ ਜਾਂਦੀ ਆ। ਆ ਜਿੰਨਾ ਚਿਰ ਕਣਕਾਂ ਕੁਣਕਾਂ ਨਹੀਂ ਨਾ ਬੀਜੀਆਂ ਜਾਂਦੀਆਂ ਉਹਨਾਂ ਚਿਰ ਤਾਂ ਹੀ ਹਾਲ ਰਹਿਣਾ ਗਾ। ਇੱਕ ਆ ਕੰਪਨੀ ਵਾਲੇ ਨੇ ਇਹ ਨੀ ਤੰਗ ਕਰਨ ਫੜਦੇ, ਸਾਰੀ ਦਿਹਾੜੀ ਬੰਦੇ ਦੀ ਜਾਨ ਲੈਣੀ ਕਰ ਲੈਂਦੇ ਨੇ। ਹੈ ਇੰਨੇ ਮੈਸੇਜ, ਚੱਲ ਜਾ ਕੇ ਵੇਖਦੀ ਹਾਂ। ਇਹ ਕਿਹਦਾ ਮੈਸੇਜ ਆ, ਪੜ੍ਹਾ ਤਾਂ ਸਹੀ। ਜਾ ਕੇ ਕਰਦੀਆਂ ਗੱਲ, ਵੱਡੇ ਸਿਆਣੇ ਬਣੇ ਫਿਰਦੇ ਨੇ। ਆ ਗੱਲ ਸੁਣੋ ਮੇਰੀ। ਹਾਂ ਕੀ ਹੋ ਗਿਆ? ਤੁਹਾਨੂੰ ਇਹ ਜਿਹੀਆਂ ਕਰਤੂਤਾਂ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ? ਮਾੜਾ ਮੋਟਾ ਤਾਂ ਸ਼ਰਮ ਨੂੰ ਹੱਥ ਮਾਰ ਲਓ ਵੀ ਮੈਂ ਜ਼ਿੰਦਗੀ 'ਚ ਕਰਨ ਕੀ ਲੱਗਿਆ। ਆ ਸਿਆਣੇ ਕਹਿੰਦੇ ਨੇ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਨਾ ਨਫਾ ਨੁਕਸਾਨ ਦੇਖ ਲੈਣਾ ਚਾਹੀਦਾ ਪਹਿਲਾਂ। ਇਹ ਜਿਹਾ ਹੁਣ ਮੈਂ ਕੀ ਕਰਤਾ, ਕਿਉਂ ਸੂਈ ਕੂਈ ਕੁੱਤੀ ਵਾਂਗੂ ਗੱਲ ਪੈ ਜਾਣੀ ਆ, ਜੇ ਮਾਰਿਆ ਨਾ ਲਫੇੜਾ ਫਿਰ ਆਪਣੀ ਮਾਂ ਨੂੰ ਦੱਸੇਂਗੀ ਜਾ ਕੇ। ਮਾਂ ਨੂੰ ਦੱਸਾਂ ਨਾ ਤਾਂ ਹੋਰ ਕੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਣੀਆਂ ਲਾਵਾਂ ਹੋਈਆਂ ਨੇ ਤੇ ਆਪਾਂ ਉੱਥੇ ਵਾਅਦਾ ਕੀਤਾ ਜਨਮਾਂ ਜਨਮਾਂ ਦਾ, ਹੈ ਤੇ ਤੂੰ ਤੂੰ ਇਹੋ ਜਿਹੇ ਕੰਮ ਕਰਦਾ, ਮੈਨੂੰ ਤਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ। ਹੈ ਉਹ ਮੈਨੂੰ ਦੱਸਦਾ ਵੇ ਕੀ ਕਰਤਾ, ਉਹੀ ਭੌਂਕੀ ਜਾਣੀ ਆ। ਆਹ ਦੇਖ ਲਾ, ਆਹ ਦੇਖ ਲਾ,
ਆ ਕਿਹੜੀ ਕੁੜੀ ਆ ਤੈਨੂੰ ਮੈਸੇਜ ਕਰੀ ਜਾਂਦੀ ਆ ਮੈਂ ਤੇਰੇ ਤੇ ਰੱਬ ਤੋਂ ਵੱਧ ਕੇ ਯਕੀਨ ਕੀਤਾ ਪਰ ਅੱਜ ਤੂੰ ਮੇਰਾ ਯਕੀਨ ਤੋੜਤਾ ਫਿਰ ਜੇ ਮੈਂ ਬੋਲਦੀ ਹਾਂ ਤਾਂ ਤੁਸੀਂ ਮੇਰੇ ਮੂੰਹ ਦੇ ਉੱਤੇ ਹੱਥ ਰੱਖ ਰੱਖ ਕੇ ਕਹਿੰਦੇ ਹੋ ਕਿ ਤੂੰ ਆਵਾਜ਼ ਨਹੀਂ ਕੱਢਣੀ ਤੂੰ ਆਵਾਜ਼ ਨਹੀਂ ਕੱਢਣੀ ਉਹ ਮੇਰਾ ਫੋਨ ਫੜਾ ਤੈਨੂੰ ਕਿਹਨੇ ਕਿਹਾ ਮੇਰਾ ਫੋਨ ਚੱਕਣ ਨੂੰ ਮੈਂ ਤੇਰੇ ਘਰ ਵਾਲੀ ਹਾਂ ਫੋਨ ਮੈਂ ਤੇਰਾ ਚੱਕ ਸਕਦੀ ਹਾਂ ਜਦੋਂ ਤੈਨੂੰ ਕਿਹਨਾਂ ਕਿਹਾ ਹੋਇਆ ਵੀ ਮੇਰੇ ਫੋਨ ਨੂੰ ਹੱਥ ਨਾ ਲਾਈ ਮੈਂ ਤੇਰਾ ਫੋਨ ਭੰਨ ਦੇਣਾ ਤੈਨੂੰ ਮੈਂ ਦੱਸਦਾ ਨਾ ਕੀ ਗੱਲ ਹੋਈ ਆ ਬੇ ਮਾੜਾ ਮੋਟਾ ਹੌਲੀ ਵੀ ਬੋਲ ਪਾਪਾ ਕਰੋ ਭਾਈ ਦੱਸ ਘਰਾਂ 'ਚ ਸੁਣਦੇ ਹੋ ਤੁਸੀਂ ਉਹ ਕੁਛ ਨਹੀਂ ਹੋਇਆ ਮਾਂ ਇਹ ਤਾਂ ਵੀ ਬੋਲੀ ਜਾਂਦੀ ਆ ਮਾਂ ਹੋਇਆ ਕਿਉਂ ਨਹੀਂ ਹੈਗਾ ਇਹ ਮੇਰੀ ਪਿੱਠ ਪਿੱਛੇ ਨਾ ਇਹੋ ਜਿਹੀਆਂ ਕਰਤੂਤਾਂ ਕਰਦਾ ਜਿਹੜੀਆਂ ਦੱਸਣ ਯੋਗ ਵੀ ਹੈ ਨਹੀਂ ਇਹ ਕੁੜੀਆਂ ਨੂੰ ਮੈਸੇਜ ਕਰਦਾ ਕੁੜੀਆਂ ਨੂੰ ਕੁੜੀਆਂ ਦੇ ਮੈਸੇਜ ਆ ਰਹੇ ਆ ਦੇ ਫੋਨ ਦੇ ਉੱਤੇ ਕੋਈ ਮੈਸੇਜ ਨਹੀਂ ਕਰਿਆ ਮਾਂ ਮੈਂ ਉਹੀ ਮਰ ਜਾਂਦੀ ਆ ਤੂੰ ਆ ਕੀ ਕਹੀ ਜਾਂਦੀ ਆ ਕੁੜੇ ਮੇਰੇ ਪੁੱਤ ਤੇ ਐਡਾ ਵੱਡਾ ਦੂਸ਼ਣ ਲਾ ਰਹੀ ਆ ਮੇਰੀ ਗੱਲ ਸੁਣ ਲੈ ਜਵਾਨ ਸੰਭਾਲ ਕੇ ਗੱਲ ਕਰੀ 10 ਸਾਲਾਂ ਨਾ ਸੀਗਾ ਜਦੋਂ ਇਹਦਾ ਪਿਓ ਮੁੱਕੇਗਾ ਅੱਜ ਤੱਕ ਇਹਦੀ ਪਿੰਡ ਦੇ ਵਿੱਚ ਇੰਨੀ ਜਿੱਤ ਬਣੀ ਹੋਈ ਆ ਕੋਈ ਸੌ ਨਹੀਂ ਖਾਂਦਾ ਮੇਰਾ ਪੁੱਤ ਤਾਂ ਗਿੱਲੇ ਗੋਏ ਤੇ ਪੈ ਨਹੀਂ ਧਰਦਾ ਤੇ ਆ ਤੂੰ ਕੀ ਮੇਰੇ ਪੁੱਤ ਤੇ ਦੂਸ਼ਣ ਲਾ ਰਹੀ ਆ ਮਾਂ ਮੈਂ ਇਲਜ਼ਾਮ ਨਹੀਂ ਲਾ ਰਹੀ ਇਸੇ ਤੋਂ ਹੀ ਪੁੱਛ ਲੈ ਇਸੇ ਤੋਂ ਕਿ ਮੈਂ ਗਲਤ ਕਹਿੰਦੀ ਆ ਪੁੱਛ ਲੈ ਤੂੰ ਕਿਵੇਂ ਮੁੰਡਿਆ ਕੀ ਕਹਿ ਰਹੀ ਆ ਇਹ ਓਏ ਮਾਂ ਮੈਂ ਨਹੀਂ ਮੈਸੇਜ ਕਰਦਾ ਉਹ ਆਪੇ ਕਰਦੀ ਆ ਨਾਲੇ ਮੈਨੂੰ ਕਿਹਾ ਦੀ ਮੈਂ ਤਾਂ ਵਿਆਹ ਭਰਿਆ ਤੂੰ ਮੈਨੂੰ ਮੈਸੇਜ ਨਾ ਕਰਿਆ ਕਰ ਹਰਦੀ ਨਹੀਂ ਹੈਗੀ ਮਾਂ ਮੇਰੀ ਗੱਲ ਸੁਣ ਲੈ ਇਹ ਝੂਠ ਬੋਲਦਾ ਇਹਨੇ ਉਹਦੇ ਨਾਲ ਸਾਈ ਵਧਾਈ ਲਾਈ ਆ ਉਹਦੇ ਮੈਸੇਜ ਆ ਰਹੇ ਨੇ ਕਿ ਮੈਂ ਅੱਡੇ ਤੇ ਖੜੀ ਤੇਰੀ ਵੇਟ ਕਰਦੀ ਪਈ ਆ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਨਾ ਤੂੰ ਮੇਰੇ ਫੋਨ ਦਾ ਜਵਾਬ ਦਿੰਦਾ ਕੋਈ 10 ਮੈਸੇਜ ਆਏ ਪਏ ਇਹਦੇ ਤੇ ਵਾਰੀ ਵਾਰੀ ਮੈਨੂੰ ਜਵਾਬ ਦੇ ਮੇਰਾ ਰਿਪਲਾਈ ਕਰ ਮੇਰਾ ਰਿਪਲਾਈ ਕਰ ਜੇ ਇਹਨੇ ਟਾਈਮ ਬੰਨਿਆ ਉਹਦੇ ਨਾਲ ਅਗਲੀ ਤਾਂ ਮੈਸੇਜ ਕਰਦੀ ਆ ਤਾਂ ਦਿਮਾਗ ਖਰਾਬ ਹੈ ਜੇ ਮੈਂ ਉਹਦੇ ਨਾਲ ਗਲਤ ਹੋਵਾਂ ਨਾ ਤਾਂ ਮੈਂ ਮੈਲ ਧਰਦਾ ਨਹੀਂ ਸੀ ਆਪਦੀ ਜੇਬ 'ਚ ਹੁੰਦਾ ਉਹ ਤਾਂ ਤੂੰ ਫੜਿਆ ਗਿਆ ਨਾਲੇ ਮੇਰੀ ਗੱਲ ਸੁਣ ਲਓ ਅੱਗੇ ਤਾਂ ਮੈਂ ਚੁੱਪ ਕਰ ਜਾਂਦੀ ਸੀ ਨਾ ਅੱਜ ਨਹੀਂ ਮੈਂ ਹੱਟਦੀ ਅੱਜ ਤਾਂ ਆਪਦੇ ਭਾਈ ਨੂੰ ਦੱਸ ਕੇ ਆਉਂ ਮੈਂ ਉਹ ਕਿਹੜਾ ਜਲੂਸ ਕਰਦਾ ਮੜਾ ਰੋਕ ਲਾ ਉਹਨੂੰ ਬੇ ਮੈਂ ਕੀ ਰੋਕਾਂ ਕੰਡੇ ਤਾਂ ਤੇਰੇ ਬੀਜੇ ਹੋਏ ਨੇ ਆ ਪਵਾੜੇ ਨੇ ਜੜਤਾ ਤੂੰ ਐ ਨਾ ਜੇ ਕੋਈ ਗੱਲਬਾਤ ਕਰਨੀ ਹੁੰਦੀ ਆ ਮਾੜਾ ਮੋਟਾ ਉਹਨੂੰ ਪਤੰਦਰ ਨੂੰ ਸਮਝਾਤਾ ਦਿਆ ਕਰ ਵੀ ਕਿਹੜੇ ਵੇਲੇ ਮੈਨੂੰ ਫੋਨ ਕਰਨਾ ਕਿਹੜੇ ਵੇਲੇ ਨਹੀਂ ਕਰਨਾ ਉਹ ਤੂੰ ਮਾਂ ਜਿਹੜਾ ਕੁਝ ਬਣ ਗਿਆ ਠੀਕ ਆ ਹੁਣ ਉਹਨੂੰ ਸਮਝਾ ਲਾ ਮਰਾ ਜਾ ਕੇ ਸਮਝਾ ਲੈ ਹਾਂ ਕੱਢੇ ਆਪ ਵੀ ਕਿਹੜੇ ਹੁਣ ਮਾਂ ਨੂੰ ਕਹਿ ਦੇ ਮਾੜਾ ਮੋਟਾ ਉਹਨੂੰ ਪਤੰਦਰ ਨੂੰ ਕਹਿ ਦਿਆ ਕਰ ਵੀ ਫੋਨ ਮੈਨੂੰ ਵੇਲੇ ਕਵੇਲੇ ਕਰ ਲਿਆ ਕਰ ਮਾੜਾ ਮੋਟਾ ਪਰਦਾ ਰੱਖ ਲਿਆ ਕਰ ਤੂੰ ਵੀ ਘੱਟ ਨਹੀਂ ਹੈਗਾ ਓਏ ਮਾਂ ਤਾਂ ਮੇਰਾ ਮੈਂ ਤਾਂ ਕਹਿਣਾ ਹੁੰਨਾ ਹਰਦੀਆਂ ਨਹੀਂ ਗਿਆ ਤੂੰ ਆ ਜਾ ਹਰਦੀਆਂ ਨਾਲੇ ਹੋਰ ਚੁੱਪ ਮੈਂ ਵੀ ਨਹੀਂ ਕਰਦੀ ਜਿੰਨਾ ਮੈਂ ਚੁੱਪ ਕਰੂੰਗੀ ਉਹਨਾਂ ਸਿਰ ਚੜ੍ਹਦੇ ਨੇ ਆਪਦੇ ਭਾਈ ਨੂੰ ਫੋਨ ਲਾ ਕੇ ਅੱਜ ਇਹਨਾਂ ਦੀ ਸਾਰੀ ਕਰਤੂਤ ਦੱਸਦੀ ਹਾਂ ਵੀਰੇ ਚੱਕ ਲਾ ਫੋਨ ਤੂੰ ਕਮਲੀ ਹੋਈ ਆ ਕੱਟ ਫੋਨ ਮੈਂ ਨਹੀਂ ਫੋਨ ਕਰਦੀ ਅੱਜ ਤਾਂ ਮੈਂ ਆਪਦੇ ਭਾਈ ਨੂੰ ਫੋਨ ਕਰਕੇ ਹੀ ਛੱਡੂਗੀ ਤੁਹਾਨੂੰ ਰੰਗੇ ਹੱਥੀ ਫੜਾਉਂਗੀ ਵੀ ਆਹ ਕਰਤੂਤਾਂ ਕਰਦਾ ਤੇਰਾ ਪੁੱਤ ਮੇਰੀ ਗੱਲ ਕਰਦਾ ਆਪਣੀ ਜਿੱਤ ਆਪਣੇ ਹੱਥ ਹੁੰਦੀ ਆ ਤੇਰੇ ਪੁੱਤ ਕਰਕੇ ਦੁਖੀ ਹੋਇਆ ਤਾਂ ਮੈਨੂੰ ਐਂ ਦੱਸ ਆ ਕਿੰਨਾ ਕੁ ਚਿਰ ਮੈਂ ਆ ਜੁਰਮ ਝੱਲੂਗੀ ਕਿੰਨਾ ਕੁ ਚਿਰ ਮੈਂ ਆ ਕੰਜਰ ਕਲੇਸ਼ ਬਰਦਾਸ਼ਤ ਕਰੂੰਗੀ ਤਾਂ ਮੇਰੀ ਕਿਸਮਤ ਦੇ ਵਿੱਚ ਆਹੀ ਕੁਛ ਲਿਖਿਆ ਹੋਇਆ ਉਹ ਚੱਲ ਕੋਈ ਨਾ ਧੀਏ ਤੂੰ ਦੇਖ ਮੇਰੀ ਨੂੰਹ ਵੀ ਹੈ ਮੈਂ ਤੈਨੂੰ ਵਧੀ ਧੀ ਸਮਾਨ ਸਮਝਦੀ ਆ ਬਸ ਕਰੋ ਮੇਰੇ ਅੱਖੇ ਨਾਲ ਬਸ ਕਰੋ ਕਿੰਨਾ ਕੁ ਚਿਰ ਝੂਠੇ ਤਸੱਲੀਆਂ ਦੇਵੋਗੇ ਕਿੰਨਾ ਕੁ ਚਿਰ ਝੂਠੀਆਂ ਤਸੱਲੀਆਂ ਦੇਵੋਗੇ ਕਿ ਮੈਂ ਤੁਹਾਡੀ ਧੀ ਹਾਂ ਮੈਨੂੰ ਸਾਰਾ ਪਤਾ ਹੈ ਤੁਹਾਡੇ ਹਾਥੀ ਦੇ ਦੰਦ ਖਾਣ ਵਾਲੇ ਤੇ ਦਿਖਾਉਣ ਵਾਲੇ ਹੋਰ ਨੇ ਉਹ ਨਹੀਂ ਧੀਏ ਤੇਰੇ ਚਿੱਚ ਬਹਿਮ ਹੈਗਾ ਮੈਂ ਤਾਂ ਤੈਨੂੰ ਵਧੀ ਧੀ ਵਾਂਗੂ ਸਮਝਦੀ ਹਾਂ ਮੇਰਾ ਸਹਾਰਾ ਮੇਰਾ ਭਾਈ ਹੈ ਭਾਈ ਤੋਂ ਬਿਨਾ ਮੇਰਾ ਦੁਨੀਆ 'ਚ ਕੋਈ ਵੀ ਹੈ ਨਹੀਂਗਾ ਨਹੀਂ ਧੀਏ ਤੂੰ ਆਪਦੇ ਭਾਈ ਨੂੰ ਫੋਨ ਨਾ ਲਾ ਉਹ ਵਿਚਾਰਾ ਕੀ ਕਰੂਗਾ ਉਹ ਤਾਂ ਆਪ ਮਾੜੇ ਕਰਮ ਵਾਲਾਗਾ ਵਿਚਾਰਾ ਕਿਹਦੀ ਸੁਣੇ ਨਾਲੇ ਪੁੱਤ ਆਪਣਾ ਪਰਦਾ ਆਪਦੇ ਘਰੇ ਟਕੋ ਖੌਰੂ ਕੀ ਪਾਉਣ ਦੀ ਲੋੜ ਹੈਗੀ ਆਪਾਂ ਨੂੰ ਨਾਲੇ ਆਪਾਂ ਨੂੰ ਸਰੀਕਾ ਕੀ ਕਹੂਗਾ ਸ਼ਾਬਾਸ਼ੇ ਅੱਜ ਤਾਂ ਮਾਤਾ ਤੈਨੂੰ ਮੇਰਾ ਭਾਈ ਦਿਸ ਗਿਆ ਨਾ ਮੇਰਾ ਭਾਈ ਤੁਹਾਨੂੰ ਉਦੋਂ ਨਹੀਂ ਦਿਸਿਆ ਵੀ ਕੱਲਾ ਵਿਚਾਰਾ ਮੇਰੀਆਂ ਕਿਹੜੀਆਂ ਡਿਮਾਂਡਾਂ ਪੂਰੀਆਂ ਕਰੂਗਾ ਆ ਕਦੇ ਤੁਸੀਂ ਕਹਿੰਦੇ ਹੋ ਐਲਸੀਡੀ ਲਿਆ ਦਿਓ ਕਦੇ ਤੁਹਾਨੂੰ ਗੀਜ਼ਰ ਲਿਆ ਕੇ ਦੇ ਦਿਓ ਕਦੇ ਪੁੱਠੇ ਗੇਰਾਂ ਵਾਲਾ ਵੋਲਟ ਲਿਆ ਕੇ ਦੇ ਦਿਓ ਕਿਉਂ ਕੀ ਗੱਲ ਕਿੱਥੋਂ ਲਿਆਊਗਾ ਮੇਰਾ ਭਾਈ ਉਹ ਮੇਰਾ ਭਾਈ ਤਾਂ ਵਿਚਾਰਾ ਪਾਈ ਪਾਈ ਜੋੜ ਕੇ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ ਹੈ ਬੱਬੂ ਅੱਜ ਮਾਫੀ ਦੇ ਦੇ ਮੈਨੂੰ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਫੋਨ ਨਹੀਂ ਕਰਦਾ ਆ ਫੋਨ ਵੀ ਲੈ ਤੂੰ ਹੀ ਰੱਖ ਲੈ ਬੱਸ ਕੀ ਕਰਾਉਣਾ ਤੇਰਾ ਫੋਨ ਅੱਜ ਤੋਂ ਬਾਅਦ ਫੋਨ ਨਹੀਂ ਕਰਦਾ ਮੈਂ ਕਿਸੇ ਨੂੰ ਵੀ ਚੱਲ ਕੋਈ ਨਾ ਧੀਏ ਇੰਨੀ ਤਾਂ ਤੂੰ ਮੇਰੀ ਮੰਨ ਲਾ ਅੱਜ ਕੋ ਆਦਾ ਫੋਨ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਅੱਜ ਤਾਂ ਮੈਂ ਮਾਫ ਕਰ ਦੇਣੀ ਆ ਜੇ ਅੱਜ ਤੋਂ ਬਾਅਦ ਮੈਨੂੰ ਕੋਈ ਗਲਤੀ ਫੜ ਲਈ ਨਾ ਮੈਂ ਤਾਂ ਤੁਸੀਂ ਇਹ ਸੋਚ ਲਿਓ ਵੀ ਤੁਹਾਡਾ ਬਣੂਗਾ ਕੀ ਮੈਂ ਜ਼ਿਆਦਾ ਚਿਰ ਚੁੱਪ ਨਹੀਂ ਰਹਿ ਸਕਦੀ ਉਹ ਕੋਈ ਨਾ ਧੀਏ ਮੈਂ ਬੈਠੀ ਆ ਨਾ ਜੋ ਵੀ ਗੱਲ ਹੋਊਗੀ ਤੂੰ ਮੈਨੂੰ ਦੱਸੀ ਮੈਂ ਜਾਣਾ ਮੇਰਾ ਕੰਮ ਜਾਣਾ ਤੈਨੂੰ ਕੋਈ ਮੌਕਾ ਨਹੀਂ ਦੇਣਦੇ ਕੀ ਦੱਸੇ ਜਦੋਂ ਚੋਰਾਂ ਨਾਲ ਕਹਿੰਦੇ ਕੁੱਤੀ ਰਲੀ ਹੋਵੇ ਨਾ ਤਾਂ ਕੋਈ ਕਿਸੇ ਦੀ ਨਹੀਂ ਸੁਣਦਾ ਸਭ ਕਹਿਣ ਦੀਆਂ ਗੱਲਾਂ ਨੇ ਉਹ ਨਹੀਂ ਧੀਏ ਇਹੋ ਜਿਹੀ ਨਹੀਂ ਮਾਂ ਤੇਰੀ ਹਮਦਰਦੀ ਚ ਹੀ ਆ ਮੈਂ ਤਾਂ ਤੇਰੀ ਸਪੋਰਟ ਕਰੂੰ ਜਦੋਂ ਕੰਜਰ ਇਹ ਹਟਿਆ ਨਾ ਦੇਖੀ ਸਹੀ ਇਹਦੇ ਨਾਲ ਮੈਂ ਕੀ ਕਰੂੰਗੀ ਕੋਈ ਨਾ ਜਾ ਵਗ ਜਾ ਮਾੜਾ ਮੋਟਾ ਪਾਣੀ ਦਾ ਗਲਾਸ ਪੀ ਲੈ ਠੰਡੀ ਰਹਿ ਇੱਕ ਗੱਲ ਯਾਦ
ਕੰਜਰਾ ਹਜੇ ਵੀ ਸਮਝਦਾ ਮਾੜਾ ਮੋਟਾ ਆ ਦੇਖ ਲੈ ਆ ਤੇਰੇ ਫੋਨਾਂ ਨੇ ਕੀ ਪਵਾੜੇ ਪਵਾਤੇ ਸੀ ਨਾਲੇ ਤੇਰਾ ਘਰ ਪੱਟਿਆ ਜਾਣਾ ਸੀਗਾ ਇਹ ਤਾਂ ਜੇ ਨਾ ਮੈਂ ਵਿੱਚ ਹੁੰਦੀ ਨਾ ਉਹਦੇ ਕੋਲ ਮਾੜੀ ਮੋਟੀ ਮੇਰ ਤੇਰੇ ਉਹਦੀ ਨਾ ਕਰਦੀ ਇਹਨੇ ਆਪਣੇ ਭਾਈ ਨੂੰ ਸੱਦ ਲੈਣਾ ਸੀਗਾ ਜਲੂਸ ਖਾਨ ਆਪਣਾ ਕੱਢ ਜਾਂਦਾ ਉਹ ਮੇਰੀ ਗੱਲ ਸੁਣ ਲਾ ਮੇਰੇ ਤਾਂ ਹਜੇ ਕਰਦਾ ਨਾ ਤੇਰੇ ਮੈਂ ਫੜ ਕੇ ਬੋਦੀਆਂ ਜਾਂ ਘੁਮਾ ਦਾਂ ਲਾਵਾਂ ਤੇਰੇ ਥਾਪੜੇ ਅੱਜ ਤੋਂ ਮੁੜ ਕੇ ਨਹੀਂ ਜੀ ਗਲਤੀ ਕਰੀ ਠੀਕ ਹੈ ਨਾ ਮੈਂ ਤੇਰੇ ਚਪੇੜਾਂ ਨਾਲ ਮੂੰਹ ਕੁੱਟ ਦੂੰਗੀ ਮੁੜ ਕੇ ਮੈਂ ਤੇਰੀ ਸਾਈਡ ਨਹੀਂ ਲੈਣੀ ਠੀਕ ਹੈ ਨਾਲੇ ਮੈਂ ਕਿਹਾ ਤੀ ਵੀ ਮੈਨੂੰ ਮੈਸੇਜ ਨਾ ਕਰਿਆ ਕਰ ਮੇਰੇ ਬਿਨਾਂ ਪੁੱਛੇ ਕਰ ਲਿਆ ਮੈਸੇਜ ਨਾਲੇ ਆਪ ਫਸ ਗਈ ਨਾਲੇ ਮੈਂ ਫਸ ਗਿਆ ਆਹ ਪੱਡੇ 'ਤੇ ਖੜੀ ਆ ਆਹ ਬੈਠਾ ਮੈਂ ਨਾ ਮੈਂ ਜਾਣ ਜੋਗਰਾ ਮੈਂ ਕਰਦੀ ਹਾਂ ਉੱਥੇ ਰੱਖ ਦਿੰਦੀ ਹਾਂ ਇਹ ਮੇਰੀ ਗੱਲ ਸੁਣਾ ਹਾਂ ਮੈਂ ਜਾਣਾ ਕਚਹਿਰੀਆਂ 'ਚ ਹਾਂ ਹਰਦਕੜਾ ਕੇ ਲਿਆਉਣੀ ਆ ਅੱਛਾ ਠੀਕ ਹੈ ਕੋਈ ਕੰਮ ਹੋਰ ਵੀ ਆ ਪਟਵਾਰੀ ਨਾਲ ਮੈਨੂੰ ਸਾਰਾ ਦਿਨ ਲੱਗ ਸਕਦਾ ਲੈ ਸਾਰੇ ਦਿਨ ਵਾਲੀ ਕਿਹੜੀ ਗੱਲ ਹੈ ਪਟਵਾਰੀ ਤੁਹਾਨੂੰ ਜਾਣਦਾ ਤਾਂ ਹੈਗਾ ਉਹਨੂੰ ਕਹਿ ਦਿਓ ਭਾਜੀ ਪਹਿਲਾਂ ਸਾਡਾ ਕੰਮ ਕਰ ਦਿਓ ਅਰੇ ਕੱਪੜੇ ਸੋਹਣੇ ਲੱਗਣੇ ਲੈ ਜਾਣਾ ਪਟਵਾਰੀ ਕੋਲੇ ਸੋਹਣੇ ਦੀ ਤਾਂ ਤੁਸੀਂ ਐਂ ਗੱਲ ਕਰਦੇ ਜਿੱਦਾਂ ਵਿਆਹ ਜਾਣਾ ਹੁੰਦਾ ਲੈ ਕਿਉਂ ਸੋਹਣਾ ਬਣ ਕੇ ਜਾਵਾਂ ਫੇਰ ਵੀ ਪਟਵਾਰੀ ਖਾਣੇ ਜਾਣਾ ਚੱਲ ਵਗ ਜਾ ਠੀਕ ਆ ਚੰਗਾ ਵੀਰੇ ਨੂੰ ਫੋਨ ਲਾ ਕੇ ਦੱਸਦੀ ਆ ਸਾਰੀ ਗੱਲ ਹੈਲੋ ਹਾਂ ਬੱਬੂ ਕਿਵੇਂ ਐ ਵੀਰੇ ਮੈਂ ਤਾਂ ਵਧੀਆ ਤੂੰ ਦੱਸ ਮੰਮੀ ਠੀਕ ਐ ਠੀਕ ਐ ਵਧੀਆ ਸਾਰੇ ਹੋਰ ਵੀਰੇ ਮੇਰੀ ਗੱਲ ਧਿਆਨ ਨਾਲ ਸੁਣ ਲੈ ਇਹ ਨਾ ਮੈਨੂੰ ਜਾਂਦੇ ਹੋਏ ਕਹਿ ਕੇ ਗਿਆ ਅਖੇ ਮੈਂ ਪਟਵਾਰ ਖਾਨੇ ਜਾਣਾ ਫਰਦ ਕਢਾਉਣ ਵਾਸਤੇ ਪਰ ਗਵਾਂਢੀਆਂ ਦਾ ਮੁੰਡਾ ਆਇਆ ਸੀ ਕਹੀ ਲੈਣ ਉਹ ਮੈਨੂੰ ਦੱਸ ਕੇ ਗਿਆ ਕਹਿੰਦਾ ਭਾਬੀ ਕਿਸੇ ਪਟਵਾਰ ਖਾਨੇ ਨਹੀਂ ਜਾਂਦਾ ਬਾਈ ਕਹਿੰਦਾ ਇਹ ਤਾਂ ਸਾਰਾ ਦਿਨ ਕਦੇ ਉਹ ਹੋਟਲ 'ਚ ਬਹਿ ਕੇ ਸਮੋਸੇ ਖਾ ਲੇ ਕਦੇ ਉਹ ਹੋਟਲ 'ਚ ਬਹਿ ਕੇ ਸਮੋਸੇ ਖਾ ਲੇ ਵੀਰੇ ਅੱਜ ਤੂੰ ਮੇਰਾ ਇੱਕ ਕੰਮ ਕਰ ਦੇ ਤੂੰ ਉਹਦਾ ਪਿੱਛਾ ਕਰ ਤੇ ਮੈਨੂੰ ਕੋਈ ਵੀਡੀਓ ਵੂਡੀਓ ਬਣਾ ਕੇ ਭੇਜ ਮੇਰੀ ਗੱਲ ਸੁਣ ਬੱਬੂ ਪਿੱਛਾ ਤਾਂ ਮੈਂ ਕਰ ਲੂੰ ਵੀਡੀਓ ਬਣਾ ਕੇ ਵੀ ਭੇਜ ਦੂੰ ਜੇ ਮੈਂ ਇੱਥੋਂ ਨਾ ਜਾਇਆ ਗਿਆ ਕਿਸੇ ਮਿੱਤਰ ਨੂੰ ਵੀ ਭੇਜ ਦੂੰ ਹਾਂ ਯਾਰ ਛੋਟੇ ਘਰੇ ਕਲੇਸ਼ ਪੈ ਜੂਗਾ ਐਵੇਂ ਕਾਹਦੇ ਪਿੱਛੇ ਵੀਰੇ ਫਿਰ ਇਹ ਕਿੰਨੇ ਕੁ ਦਿਨ ਬਹਾਨੇ ਲਾਊਗਾ ਆਪਾਂ ਨੂੰ ਕਮ ਸੇ ਕਮ ਇਹ ਤਾਂ ਪਤਾ ਲੱਗ ਜੂਗਾ ਕਿ ਇਹ ਸੱਚ ਬੋਲਦਾ ਕਿ ਝੂਠ ਕਿਤੇ ਇਹ ਨਾ ਹੋਵੇ ਮੈਨੂੰ ਕਹੀ ਜਾਵੇ ਮੈਂ ਪਟਵਾਰ ਖਾਨੇ ਜਾਣਾ ਤੇ ਸਾਰਾ ਘਰ ਕਿਸੇ ਹੋਰ ਨੂੰ ਖਵਾ ਦੇ ਪਰ ਇਹ ਕੰਮ ਤੂੰ ਮੇਰਾ ਕਰਨਾ ਤੈਨੂੰ ਸੌਂ ਲੱਗੇ ਵੀਰੇ ਚੱਲ ਚੰਗਾ ਮੈਂ ਕਰਦਾ ਠੀਕ ਹੈ ਪਾਣੀ ਲਈ ਘੁਟਕਾ ਇਹ ਕੀ ਬਦਤਮੀਜ਼ੀ ਆ ਕੀ ਬਦਤਮੀਜ਼ੀ ਆ ਪਾਣੀ ਮੰਗਿਆ ਸੀ ਨਾ ਮੇਰੇ ਕਹਿੰਦਾ ਤੈਨੂੰ ਪਾਣੀ ਮੇਰੀ ਗੱਲ ਸੁਣ ਲਾ ਆਹ ਬਾਹਲੀ ਚਲਾਕੀ ਤੇਰੀ ਹੁਣ ਜ਼ਿਆਦਾ ਚਿਰ ਨਹੀਂ ਚੱਲਣੀ ਆਹ ਮੇਰੇ ਫੋਨ ਦੇ ਵਿੱਚ ਨਾ ਤੇਰੀ ਅੱਜ ਵਾਲੀ ਵੀਡੀਓ ਆ ਤੂੰ ਕਿਹੜੀ ਕੁੜੀ ਨਾਲ ਬਹਿ ਕੇ ਸਮੋਸੇ ਖਾ ਕੇ ਆਇਆ ਤੇ ਕਿਹੜੀ ਕੁੜੀ ਨਾਲ ਤੂੰ ਬਹਿ ਕੇ ਪਾਰਕਾਂ 'ਚ ਘੁੰਮ ਕੇ ਆਇਆ ਤੇ ਮੈਨੂੰ ਕਹਿੰਦਾ ਮੈਂ ਪਟਵਾਰ ਖਾਨੇ ਚੱਲਿਆ ਹਟਦੀ ਨਹੀਂ ਤੂੰ ਖੜਤਾ ਜਾਓ ਜਨਾਬ ਖੜਤਾ ਜਾਓ ਜਨਾਬ ਇੱਕ ਮਿੰਟ ਗੱਲ ਕਰ ਲੈਣ ਦੇ
ਕੁਛ ਨਹੀਂ ਉਹਦਾ ਫੋਨ ਕਰਿਆ ਸੀ ਮੈਨੂੰ ਬੱਬੂ ਨੇ ਉਹ ਫਿਰ ਮੈਂ ਛੱਡਿਆਉਂਗਾ ਕੋਈ ਨਾ ਛੱਡਿਆਉਂਗਾ ਮਿਲ ਤਾਂ ਲੈਣ ਦੇ ਸਹੀ ਨਹੀਂ ਗੁਰਦੁਆਰੇ ਗਈਆਂ ਨੇ ਗੁਰਦੁਆਰੇ ਕੋਈ ਗੱਲ ਲੱਗਦੀ ਅਸੀਂ ਅੰਦਰ ਜਾਣਾ ਝੁੱਗਾ ਵੀ ਗਿੱਲਾ ਪਿਆ ਸੁਣਨੀ ਆਉਂਦੀ ਕੁੜੀ ਨੂੰ ਦੇਖੋ ਤੂੰ ਜਲਾ ਮੈਂ ਉੱਥੇ ਵਗ ਜਾਵਾਂ ਥਾਣੇ ਜਿੱਥੇ ਤੁਸੀਂ ਮੈਨੂੰ ਬੁਲਾਉਣਾ ਆ ਜਾਵਾਂ ਨਹੀਂ ਨਹੀਂ ਅਸੀਂ ਅੰਦਰ ਜਾਣਾ ਇੱਕ ਵਾਰ ਫਿਰ ਮਿਲ ਤਾਂ ਲੈਣ ਦੇ ਮੈਂ ਜਲਾ ਪਾ ਦੀ ਆਜੋ ਜੀ ਆਜੋ ਅੰਦਰ ਆਪਾਂ ਰਿਹਾ ਕਰਾਂਗੇ ਪਹਿਲਾਂ ਵਾਂਗੂ।